ਹੈਲੋ ਐਵਰੀਵਨ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 8ਵੀਂ ਕਲਾਸ ਦੀ ਸੋਸ਼ਲ ਸਟੱਡੀਜ਼ ਦੀ ਬੁੱਕ ਅਤੇ ਉਹਦਾ ਹਿਸਟਰੀ ਸੈਕਸ਼ਨ 9th ਚੈਪਟਰ ਰੂਰਲ ਲਾਈਫ ਐਂਡ ਸੋਸਾਇਟੀ, ਯਾਨੀ ਪਿੰਡਾਂ ਵਿੱਚ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ ਅਤੇ ਸਮਾਜ ਉਸ ਟਾਈਮ 'ਤੇ ਕਿਹੋ ਜਿਹਾ ਸੀ। ਤਾਂ ਚਲੋ ਸ਼ੁਰੂ ਕਰਦੇ ਹਾਂ ਚੈਪਟਰ ਨੂੰ ਸਮਝਣਾ। ਦੇਖੋ, ਜਦ ਅੰਗਰੇਜ਼ ਸਾਨੂੰ ਰੂਲ ਕਰ ਰਹੇ ਸੀ, ਉਹ ਬੇਸਿਕਲੀ ਆਪਣੇ ਪੈਸੇ ਕਮਾਉਣ ਪੱਖੋਂ ਸਾਨੂੰ ਰੂਲ ਕਰ ਰਹੇ ਸੀ। ਉਹਨਾਂ ਦਾ ਬੇਸਿਕ ਏਮ ਇਹ ਸੀ ਵੀ ਇਕਨੋਮਿਕ ਫੀਲਡ ਦੇ ਵਿੱਚ ਪੈਸੇ ਦੇ ਪੱਖੋਂ ਇੰਡੀਆ ਨੂੰ ਲੁੱਟ ਲਓ, ਖਾ ਲਓ। ਅਤੇ ਇਸ ਕਰਕੇ ਉਹਨਾਂ ਨੇ ਕੀ ਕੀਤਾ, ਇੰਡੀਆ ਦੇ ਵਿੱਚ ਜਿੰਨੀਆਂ ਵੀ ਇੰਡਸਟਰੀ ਸੀਗੀਆਂ ਉਹਨਾਂ ਨੂੰ ਤਬਾਹ ਕਰ ਦਿੱਤਾ ਅਤੇ ਆਪਣੀਆਂ ਨਵੀਆਂ ਜਿਹੜੀਆਂ ਇੰਡਸਟਰੀਜ਼ ਲਾਏ ਇੱਥੇ, ਉਹ ਲੈ ਕੇ ਆਏ, ਉਹਨਾਂ ਨੂੰ ਸਿਰਫ ਆਪਣੇ ਮਤਲਬ ਲਈ ਉਹਨਾਂ ਨੇ ਯੂਜ਼ ਕੀਤਾ ਵੀ ਕਿਸ ਤਰੀਕੇ ਨਾਲ ਉਹ ਮੁਨਾਫਾ ਕਮਾ ਸਕਣ ਉਹਨਾਂ ਇੰਡਸਟਰੀਜ਼ ਤੋਂ। ਅਤੇ ਅੱਜ ਆਪਾਂ ਪੜ੍ਹਾਂਗੇ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਰੂਰਲ ਏਰੀਆ ਦੇ ਵਿੱਚ, ਯਾਨੀ ਪਿੰਡਾਂ ਦੇ ਵਿੱਚ ਪੈਸੇ ਲੈਣ ਦੇ ਲਈ ਫਾਰਮਰਸ ਤੋਂ, ਕਿਸਾਨਾਂ ਤੋਂ, ਜਿਨ੍ਹਾਂ ਨੂੰ ਆਪਾਂ ਪੀਜ਼ੈਂਟਸ ਵੀ ਕਹਿੰਦੇ ਹਾਂ, ਟਿਲਰ ਵੀ ਕਹੀ ਰਹੇ, ਜੋ ਜ਼ਮੀਨ ਟਿਲ ਕਰਦੇ ਨੇ, ਮਤਲਬ ਪੀਜ਼ੈਂਟਸ ਹੋ ਗਏ ਜਾਂ ਤੁਸੀਂ ਕਹਿ ਸਕਦੇ ਹੋ ਫਾਰਮਰਸ ਹੋ ਗਏ, ਉਹਨਾਂ ਤੋਂ ਪੈਸੇ ਲੈਣ ਦੇ ਲਈ ਅਲੱਗ ਅਲੱਗ ਸਿਸਟਮ ਸੈੱਟ ਕੀਤੇ ਸੀ। ਜਿਵੇਂ ਪਰਮਾਨੈਂਟ ਸਿਸਟਮ ਬਾਰੇ ਪੜ੍ਹਾਂਗੇ, ਰਿਓਤਵਾਰੀ ਸਿਸਟਮ ਬਾਰੇ ਪੜ੍ਹਾਂਗੇ, ਮਿਹਰਵਾਰੀ ਸਿਸਟਮ ਬਾਰੇ ਪੜ੍ਹਾਂਗੇ। ਤੇ ਇਹ ਸਿਸਟਮਸ ਨੂੰ ਪੜ੍ਹਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਸਿਕ ਆਈਡੀਆ ਦੇ ਦਿੰਦੀ ਹਾਂ ਵੀ ਇਹ ਸਿਸਟਮ ਕਿਹੋ ਜਿਹੇ ਸੀ। ਆਪਾਂ ਚਾਰ ਸਿਸਟਮਸ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਆਪਣਾ ਜ਼ਮੀਨਦਾਰੀ, ਜਿਹੜਾ ਸਿਸਟਮ ਹੈਗਾ ਮੈਂ ਇੱਥੇ ਲਿਖ ਦਿੰਦੀ ਹਾਂ। ਜ਼ਮੀਨਦਾਰੀ ਸਿਸਟਮ ਇੰਟਰੋਡਿਊਸ ਹੋਇਆ ਸੀ 1793 ਦੇ ਵਿੱਚ ਬਾਏ ਕੌਰਨਵਾਲਿਸ। ਇਹ ਪਹਿਲੇ ਕਲਾਸ ਦੇ ਵਿੱਚ ਵੀ ਆਪਾਂ ਪੜ੍ਹਿਆ, ਲਾਰਡ ਕੌਰਨਵਾਲਿਸ ਨੇ ਇਹਨੂੰ ਇੰਟਰੋਡਿਊਸ ਕੀਤਾ ਸੀ, ਠੀਕ ਹੈ। ਤੇ ਇਹ ਇੰਟਰੋਡਿਊਸ ਕੀਤਾ ਸੀ ਬਿਹਾਰ, ਬੰਗਾਲ, ਉੜੀਸਾ, ਠੀਕ ਹੈ, ਇਹ ਜੇ ਏਰੀਆ ਦੇ ਵਿੱਚ। ਅੱਜ ਕੱਲ੍ਹ ਇੱਦਾਂ ਉੜੀਸਾ ਲਿਖੀਦਾ, ਪਹਿਲਾਂ ਉੜੀਸਾ ਇੱਦਾਂ ਲਿਖੀਦਾ ਸੀ, ਠੀਕ ਹੈ। ਹੁਣ ਇਹਦੇ ਵਿੱਚ ਇਹ ਜਿਹੜਾ ਜ਼ਮੀਨਦਾਰੀ ਸਿਸਟਮ ਆਪਾਂ ਪੜ੍ਹਾਂਗੇ, ਇਹਨੂੰ ਦੂਜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਪਰਮਾਨੈਂਟ ਸੈਟਲਮੈਂਟ ਸਿਸਟਮ ਕਿਹਾ ਜਾਂਦਾ ਹੈ, ਠੀਕ ਹੈ। ਜੇ ਇੱਕ ਵੀ ਆਏ ਆਪਸ਼ਨ ਕਿਹੜਾ ਕਿਹਾ ਜਾਂਦਾ ਹੈ ਪਰਮਾਨੈਂਟ ਸੈਟਲਮੈਂਟ, ਉਹ ਜ਼ਮੀਨਦਾਰੀ ਸੀ। ਹੋਰ ਹੁੰਦਾ ਕੀ ਸੀ, ਪਿੰਡ ਦੇ ਵਿੱਚ ਤਿੰਨ ਟਾਈਪ ਲੈਵਲਸ ਤੇ ਪੈਸਾ ਇਕੱਠਾ ਹੁੰਦਾ ਸੀ। ਪਹਿਲਾ ਜਿਹੜਾ ਹੈਗਾ, ਇੱਥੇ ਫਾਰਮਰਸ ਲਿਖ ਦਿੰਦੇ, ਉਹਨਾਂ ਦੇ ਉੱਤੇ ਆ ਜਾਂਦੇ ਸੀ ਜ਼ਮੀਨਦਾਰ, ਠੀਕ ਹੈ, ਜਿਵੇਂ ਹੁਣ ਵੀ ਹੈਗੇ ਨੇ। ਤੇ ਉਹਦੇ ਤੋਂ ਉੱਤੇ ਆ ਜਾਂਦੀ ਸੀ ਸਾਡੇ ਕੋਲ ਬ੍ਰਿਟਿਸ਼ ਗਵਰਨਮੈਂਟ, ਯਾਨੀ ਬ੍ਰਿਟਿਸ਼ ਸਰਕਾਰ, ਠੀਕ ਹੈ। ਇਹਦੇ ਵਿੱਚ ਜ਼ਮੀਨਦਾਰ ਜਿਹੜੇ ਸੀ ਇਹ ਵਾਲੇ, ਇਹ ਉਸ ਲੈਂਡ ਦੇ ਮਾਲਕ ਬਣ ਜਾਂਦੇ ਸੀ, MALAK, ਠੀਕ ਹੈ। ਤੇ ਕਿਸਾਨ ਤੋਂ ਲੈਂਡ ਰੈਵਨਿਊ ਲੈਂਦੇ ਸੀ, ਮਤਲਬ ਮਾਲਕ ਆਪ ਬਣ ਜਾਂਦੇ ਸੀ, ਮਿਹਨਤ ਕਿਸਾਨ ਕਰਦਾ ਸੀ ਤੇ ਚੱਕ ਕੇ ਉਹ ਪੈਸੇ ਕਿਹਨੂੰ ਦਿੰਦੇ ਸੀ, ਬ੍ਰਿਟਿਸ਼ ਗਵਰਨਮੈਂਟ ਨੂੰ ਦਿੰਦੇ ਸੀ, ਠੀਕ ਹੈ। ਇਹ ਕਹਿ ਸਕਦੇ ਹਾਂ 1/3 ਪਾਰਟ ਜਿਹੜਾ ਹੈਗਾ ਜਿੰਨਾ ਵੀ ਪ੍ਰੋਡਿਊਸ ਹੁੰਦਾ ਸੀ ਉਹਦੇ ਵਿੱਚੋਂ ਲੈਂਡ ਰੈਵਨਿਊ ਲਿਆ ਜਾਂਦਾ ਸੀ, ਜੋ ਵੀ ਪ੍ਰੋਡਿਊਸ ਹੁੰਦਾ ਸੀ ਇੱਕ ਤਿਹਾਈ ਪਾਰਟ ਜਿਹੜਾ ਹੈ, ਯਾਦ ਰੱਖਿਓ, ਉਹ ਲੈਂਡ ਰੈਵਨਿਊ ਸੀ, ਠੀਕ ਹੈ। ਇਸ ਸਿਸਟਮ ਦੇ ਵਿੱਚ ਜਿਹੜੇ ਜ਼ਮੀਨਦਾਰ ਸੀ ਉਹ ਬ੍ਰਿਟਿਸ਼ਰਸ ਦੀ ਸਪੋਰਟ ਕਰਦੇ ਸੀ, ਠੀਕ ਹੈ। ਪਰ ਬ੍ਰਿਟਿਸ਼ਰਸ ਨੇ ਹਿਸਾਬ ਲਾਇਆ ਹੋਇਆ ਸੀ ਕਿ ਜੇ ਜ਼ਮੀਨਦਾਰ ਜਿਹੜੇ ਹੈਗੇ ਨੇ ਉਹ ਫਿਕਸ ਟਾਈਮ ਤੇ ਡਿਪੋਜ਼ਿਟ ਨਹੀਂ ਕਰਨਗੇ ਲੈਂਡ ਰੈਵਨਿਊ, ਠੀਕ ਹੈ। ਜਨਰਲੀ ਇਹ ਹੁੰਦਾ ਸੀ ਵੀ ਸ਼ਾਮ ਤੋਂ ਪਹਿਲਾਂ ਪਹਿਲਾਂ ਕਰਨਾ ਹੁੰਦਾ ਸੀ, ਇੱਕ ਫਿਕਸ ਡੇਟ ਹੁੰਦੀ ਸੀ ਉਸ ਤੋਂ ਪਹਿਲਾਂ ਕਰਨਾ ਹੁੰਦਾ ਸੀ, ਰੋਜ਼ ਜੇ ਕਰਨਾ ਹੈ ਤਾਂ ਸਨਸੈਟ ਤੋਂ ਪਹਿਲਾਂ। ਜੇ ਉਹ ਨਹੀਂ ਕਰਦੇ ਸੀ ਜ਼ਮੀਨਦਾਰ ਪੈਸੇ ਡਿਪੋਜ਼ਿਟ, ਤਾਂ ਜਿਹੜੇ ਬ੍ਰਿਟਿਸ਼ ਸੀ ਉਹ ਜ਼ਮੀਨਦਾਰ ਜਿਹੜਾ ਪੁਰਾਣਾ ਸੀ ਉਹਦੇ ਤੋਂ ਲੈਂਡ ਲੈ ਕੇ ਨਵੇਂ ਵਾਲੇ ਨੂੰ ਲੈਂਡ ਦੇ ਦਿੰਦੇ ਸੀ, ਠੀਕ ਹੈ ਜੀ। ਇਹ ਸੀ ਬੇਸਿਕ ਆਈਡੀਆ ਜ਼ਮੀਨਦਾਰੀ, ਆਪਾਂ ਕਹਿ ਸਕਦੇ ਹਾਂ ਪਰਮਾਨੈਂਟ ਸੈਟਲਮੈਂਟ ਬਾਰੇ।
ਦੂਜਾ ਵਾਲਾ ਜਿਹੜਾ ਹੈਗਾ ਉਹ ਆਪਾਂ ਪੜਾਂਗੇ ਰਿਓਤ ਵਾਰੀ ਸਿਸਟਮ ਘਬਰਾਓ ਨਾ, ਆਪਾਂ ਫੇਰ ਤੋਂ ਵੀ ਪੜਾਂਗੇ ਬੁੱਕ ਦੇ ਵਿੱਚ ਜੋ ਦਿੱਤਾ ਗਿਆ। ਹੁਣ ਇਹ ਜਿਹੜਾ ਰਿਓਤ ਵਾਰੀ ਸਿਸਟਮ ਹੈਗਾ ਇਹਨੂੰ ਮੁੰਡਰੋ ਨੇ ਇੰਟਰੋਡਿਊਸ ਕੀਤਾ ਸੀ। ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਦੀ ਹਾਂ ਵੀ ਜਿਹੜਾ ਰਿਓਤ ਹੈਗਾ ਵਰਡ, ਰਿਓਤ ਦਾ ਬੇਸਿਕ ਮਤਲਬ ਹੁੰਦਾ ਹੈ ਪੀਜ਼ੈਂਟ ਜਾਂ ਆਪਾਂ ਕਹਿ ਸਕਦੇ ਹਾਂ ਫਾਰਮਰ। ਠੀਕ ਹੈ, ਇਹ ਇੰਟਰੋਡਿਊਸ ਕੀਤਾ ਗਿਆ ਸੀ ਅਲੈਗਜ਼ੈਂਡਰ, ਇਹ ਨਾਮ ਸੀ। ਜੇ ਤੁਹਾਨੂੰ ਡਿਟੇਲ ਦੇ ਵਿੱਚ ਚਾਹੀਦਾ ਵੀ ਕਿਹਨੇ ਇੰਟਰੋਡਿਊਸ ਕੀਤਾ ਸੀ, ਅਲੈਗਜ਼ੈਂਡਰ ਰੈਡ, ਰੈਡ ਪਲੱਸ ਥੋਮਸ ਮੁੰਡਰੋ ਦੁਆਰਾ 1820 ਦੇ ਵਿੱਚ। ਇਹ ਬੇਸਿਕ ਆਈਡੀਆ। ਇਹ ਇੰਟਰੋਡਿਊਸ ਹੋਇਆ ਸੀ ਬੋਂਬੇ, ਮਦਰਾਸ, ਅਸਾਮ ਦੇ ਵਿੱਚ। ਠੀਕ ਹੈ, ਹੁਣ ਰਿਓਤ ਦਾ ਮਤਲਬ ਮੈਂ ਦੱਸਦਾ ਫਾਰਮਰ। ਇਹਦੇ ਵਿੱਚ ਕੀ ਸੀ ਕਿ ਜਿਹੜਾ ਕਿਸਾਨ ਹੈਗਾ ਫਾਰਮਰ, ਇੱਥੇ ਮੈਂ ਲਿਖ ਦਿੰਦੀ ਹਾਂ ਫਾਰਮਰ ਜਿਹੜਾ ਹੈਗਾ ਉਹ ਡਾਇਰੈਕਟ ਬ੍ਰਿਟਿਸ਼ਰਸ ਨੂੰ ਪੈਸਾ ਦੇਗਾ, ਲੈਂਡ ਦਾ ਰੈਵਨਿਊ ਦੇਗਾ। ਕਹਿਣ ਦਾ ਮਤਲਬ ਵਿਚਕਾਰ ਕੋਈ ਮਿਡਲ ਮੈਨ ਨਹੀਂ ਆਏਗਾ, ਜਿਵੇਂ ਪਹਿਲੇ ਜ਼ਮੀਨਦਾਰ ਸੀ ਨਾ, ਉਹ ਨਹੀਂ ਆਣਗੇ। ਠੀਕ ਹੈ, ਜਿਵੇਂ ਜ਼ਮੀਨਦਾਰ ਨਹੀਂ ਹੋਣਗੇ, ਮਿਡਲ ਮੈਨ ਨਹੀਂ ਹੋਏਗਾ, ਡਾਇਰੈਕਟ ਫਾਰਮਰ ਜਿਹੜਾ ਹੈ ਉਹ ਮਨੀ ਕਿਹਨੂੰ ਦੇਗਾ, ਬ੍ਰਿਟਿਸ਼ਰਸ ਨੂੰ ਦੇਗਾ। ਠੀਕ ਹੈ, ਤਾਂ ਮਿਡਲ ਮੈਨ ਹਟ ਗਿਆ, ਆਪਾਂ ਇਹ ਕਹਿ ਸਕਦੇ ਹਾਂ। ਯਾਦ ਰੱਖਿਓ, ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਸੀ ਕਿ ਜਿਹੜੇ ਬ੍ਰਿਟਿਸ਼ਰ ਸੀ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਪ੍ਰੋਡਿਊਸ ਕਿੰਨਾ ਹੋ ਰਿਹਾ, ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ। ਉਹਦੇ 'ਤੇ ਟੈਕਸ ਨਹੀਂ ਲੱਗ ਰਿਹਾ ਸੀ, ਲੈਂਡ 'ਤੇ ਟੈਕਸ ਲੱਗ ਰਿਹਾ ਸੀ। ਗੱਲ ਸਮਝ ਰਹੇ ਹੋ, ਇਹ ਬੇਸ਼ੱਕ ਬਾੜ ਆ ਜੇ, ਤਬਾਹੀ ਹੋ ਜੇ, ਕੁਛ ਹੋ ਜੇ, ਉਹਦਾ ਕੋਈ ਟੈਨਸ਼ਨ ਨਹੀਂ ਸੀ। ਪ੍ਰੋਡਿਊਸ 'ਤੇ ਨਹੀਂ ਸੀ ਵੀ ਕਿੰਨਾ ਉਪਜਾ ਰਹੇ ਹੋ, ਕਿੰਨਾ ਤੁਹਾਨੂੰ ਫਾਇਦਾ ਹੋ ਰਿਹਾ, ਉਹਦੇ 'ਤੇ ਟੈਕਸ ਦੋ, ਨਹੀਂ, ਲੈਂਡ 'ਤੇ ਟੈਕਸ ਦੇਣਾ ਪੈਂਦਾ ਸੀ। ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਜੇ ਬੰਜਰ ਜ਼ਮੀਨ ਹੈਗੀ ਹੈ ਉਹਦੇ 'ਤੇ 50% ਰੈਂਟ ਦੇਣਾ। ਠੀਕ ਹੈ, ਜੇ ਇਰੀਗੇਟਿਡ ਹੈਗੀ ਹੈ ਜ਼ਮੀਨ ਅਤੇ ਉਹਦੇ 'ਤੇ 60% ਟੈਕਸ ਜਾਂ ਰੈਂਟ ਦੇਣਾ ਪੈਂਦਾ ਸੀ। ਹੁਣ ਇਹਦੀ ਪ੍ਰੋਬਲਮ ਇਹ ਸੀ ਕਿ ਜੇ ਤੁਸੀਂ ਸਨਸੈਟ ਤੋਂ ਪਹਿਲਾਂ ਪੈਸਾ ਨਹੀਂ ਦਿੰਦੇ ਤਾਂ ਫਿਰ ਪ੍ਰੋਬਲਮ ਆ ਜਾਂਦੀ ਸੀ ਕਿਹਨੂੰ, ਫਾਰਮਰਸ ਨੂੰ। ਹੋਰ ਡਿਟੇਲ ਦੇ ਵਿੱਚ ਪੜ੍ਹਾਂਗੇ, ਇਹ ਬੇਸਿਕ ਆਈਡੀਆ ਸੀ। ਠੀਕ ਹੈ, ਹੁਣ ਪੜ੍ਹਦੇ ਹਾਂ ਤੀਜਾ ਸਿਸਟਮ, ਮਹਿਲਵਾੜੀ ਸਿਸਟਮ ਦੇ ਬਾਰੇ। ਇਹ ਮਹਿਲਵਾੜੀ ਜਿਹੜਾ ਸਿਸਟਮ ਹੈਗਾ ਇੰਟਰੋਡਿਊਸ ਹੋਇਆ ਸੀ 1833 ਦੇ ਵਿੱਚ। ਇਹ ਇੰਟਰੋਡਿਊਸ ਕੀਤਾ ਸੀ ਫਰਾਂਸਿਸ ਅਤੇ ਰੋਬਰਟ ਮਾਰਟਿਨਸ ਬਰਡ ਦੁਆਰਾ, ਅਤੇ ਇਹ ਇੰਟਰੋਡਿਊਸ ਹੋਇਆ ਸੀ ਮੱਧਿਆ ਪ੍ਰਦੇਸ਼, ਪੰਜਾਬ, ਆਗਰਾ ਦੇ ਵਿੱਚ। ਹੁਣ ਇਹਦੇ ਵਿੱਚ ਕੀ ਹੁੰਦਾ ਸੀ, ਇਹ ਜਿਹੜਾ ਵਰਡ ਹੈ ਮਹਿਲ, ਇਹਦਾ ਮਤਲਬ ਇਹ ਹੈਗਾ ਵੀ ਇੱਕ ਵਿਲੇਜ ਜਿਹੜਾ ਹੈ ਉਹਨੂੰ ਮਹਿਲ ਕੰਸਿਡਰ ਕੀਤਾ ਜਾਏਗਾ। ਵਿਲੇਜ ਇਜ਼ ਇਕੁਅਲ ਟੂ ਮਹਿਲ। ਪਹਿਲੇ ਜ਼ਮੀਨਦਾਰ ਆਏ, ਫਿਰ ਉਸ ਤੋਂ ਬਾਅਦ ਮਿਡਲ ਮੈਨ ਹਟ ਗਏ, ਹੁਣ ਮਹਿਲਵਾੜੀ ਦੇ ਵਿੱਚ ਜਿਹੜਾ ਪਿੰਡ ਹੈਗਾ ਉਹ ਇੱਕ ਮਹਿਲ ਦਾ ਕੰਮ ਕਰਦਾ ਸੀ ਅਤੇ ਹਰ ਪਿੰਡ ਦੇ ਵਿੱਚ ਇੱਕ ਬੰਦਾ ਇਲੈਕਟ ਕੀਤਾ ਜਾਂਦਾ ਸੀ ਜੋ ਕਿ ਰੈਵਨਿਊ ਕਲੈਕਟ ਕਰਦਾ ਸੀ, ਉਹਨੂੰ ਆਪਾਂ ਕਹਿੰਦੇ ਸੀ ਲੰਬੜਦਾਰ। ਠੀਕ ਹੈ, ਅਤੇ ਉਹ ਕਿਸਾਨ ਤੋਂ ਪੈਸੇ ਲੈ ਕੇ, ਰੈਂਟ ਲੈ ਕੇ ਬ੍ਰਿਟਿਸ਼ਰਸ ਨੂੰ ਦੇ ਦਿੰਦੇ ਸੀ। ਠੀਕ ਹੈ, ਅਤੇ ਇਹਦੇ ਵਿੱਚ 5% ਟੈਕਸ ਲਿੱਤਾ ਜਾਂਦਾ ਸੀ ਕਿਸਾਨਾਂ ਤੋਂ, ਯਾਦ ਰੱਖਿਓ।
ਤੇ ਜਿਹੜਾ 5% ਟੈਕਸ ਲਿਆ ਜਾਂਦਾ ਸੀ, ਇਹਨੂੰ ਇੱਕ ਨਾਮ ਤੋਂ ਜਾਣਦੇ ਸੀ ਜਿਹਨੂੰ ਆਪਾਂ ਕਹਿੰਦੇ ਆ ਪੰਚਤੰਤਰ। ਇਹ ਗੱਲਾਂ ਬੁੱਕ ਦੇ ਵਿੱਚ ਨਹੀਂ ਦਿੱਤੀਆਂ ਹੋਈਆਂ, ਪਰ ਫਿਰ ਵੀ ਮੈਂ ਬੇਸਿਕ ਆਈਡੀਆ ਦੇ ਰਹੀ ਹਾਂ। ਪਰ ਇਹ ਵੀ ਸਨਸੈਟ ਤੋਂ ਪਹਿਲਾਂ ਪਹਿਲਾਂ ਡਿਪੋਜ਼ਿਟ ਕਰਨਾ ਪੈਂਦਾ ਸੀ ਬ੍ਰਿਟਿਸ਼ਰਸ ਨੂੰ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਇਜ਼ਰੇਦਾਰੀ ਸਿਸਟਮ। ਸਭ ਤੋਂ ਪਹਿਲਾ ਸਿਸਟਮ 1773 ਦੇ ਵਿੱਚ ਸ਼ੁਰੂ ਹੋਇਆ ਸੀ ਇਹ ਵਾਲਾ। ਇਹ ਜਿਹੜਾ ਸੀ ਜ਼ਮੀਨਦਾਰੀ ਸਿਸਟਮ ਹੈ, ਪਰਮਾਨੈਂਟ ਸੈਟਲਮੈਂਟ ਤੋਂ ਪਹਿਲਾਂ ਇਜ਼ਰੇਦਾਰੀ ਚੱਲ ਰਿਹਾ ਸੀ, ਇਹ ਬੰਗਾਲ ਦੇ ਵਿੱਚ ਚੱਲ ਰਿਹਾ ਸੀ। ਤੇ ਇਹਦੇ ਵਿੱਚ ਕੀ ਸੀ, ਜਿਹੜਾ ਬ੍ਰਿਟਿਸ਼ਰਸ ਹੈਗੇ ਨੇ, ਠੀਕ ਹੈ, ਉਹਨਾਂ ਸਾਹਮਣੇ ਬੋਲੀ ਲਾਈ ਜਾਂਦੀ ਸੀ। ਜਿਵੇਂ ਇਹ ਫਾਰਮ ਹੈਗਾ ਤੇ ਇੱਥੇ ਕਿਸਾਨ ਹੈਗਾ, ਕਿਹਾ ਜਾਂਦਾ ਸੀ ਇਸ ਫਾਰਮ ਤੋਂ ਮੈਂ ਤੁਹਾਨੂੰ, ਇਹ ਬੰਦਾ ਕਹਿ ਰਿਹਾ ਮੈਂ ਤੁਹਾਨੂੰ 3 ਬੋਰੀ ਕੱਢ ਕੇ ਦੇਵਾਂਗਾ, ਇਹ ਕਹਿ ਰਿਹਾ ਨਹੀਂ ਜੀ ਮੈਂ 4, ਇਹ ਬੰਦਾ ਕਹਿ ਰਿਹਾ ਮੈਂ 5 ਬੋਰੀਆਂ ਕੱਢ ਕੇ ਦੇਵਾਂਗਾ। ਬੇਸ਼ੱਕ ਉਹਦੀ ਸ਼ਮਤਾ ਕਿੰਨੀ ਵੀ ਹੋਏ, ਬਟ ਉਹ ਕਹਿ ਰਿਹਾ ਸੀ ਨਹੀਂ ਮੈਂ 3 ਨਹੀਂ ਮੈਂ 4 ਨਹੀਂ ਮੈਂ 5 ਬੋਰੀਆਂ। ਬ੍ਰਿਟਿਸ਼ਰਸ ਨੂੰ ਬੋਲੀ ਲਾ ਰਹੇ ਸੀ, ਜਿਹਨੂੰ ਆਪਾਂ ਕਹਿੰਦੇ ਆ ਬਿਡਿੰਗ ਕਰਨਾ। ਠੀਕ ਹੈ। ਤੇ ਜਿਹੜਾ ਹਾਈਐਸਟ ਬਿਡਰ ਹੁੰਦਾ ਸੀ, ਜੋ ਸਭ ਤੋਂ ਜ਼ਿਆਦਾ ਮੁਨਾਫਾ ਦਿਖਾਉਂਦਾ ਸੀ, ਮੈਂ ਇੰਨਾ ਪੈਸੇ ਦੇਵਾਂਗਾ, ਉਹਨੂੰ ਉਹ ਜ਼ਮੀਨ ਦੇ ਦਿੱਤੀ ਜਾਂਦੀ ਸੀ। ਹਾਈਐਸਟ ਬਿਡਰ ਨੂੰ ਲੈਂਡ ਦੇ ਦਿੱਤਾ ਜਾਂਦਾ ਸੀ ਵੀ ਆ ਲੈ ਤੇਰੇ ਹਵਾਲੇ ਹੈਗਾ। ਹੁਣ ਇਹਦੇ ਵਿੱਚ ਪ੍ਰੋਬਲਮ ਇਹ ਆ ਰਹੀ ਸੀ ਵੀ ਬ੍ਰਿਟਿਸ਼ਰਸ ਨੂੰ ਫਿਕਸਡ ਇਨਕਮ ਨਹੀਂ ਹੋ ਰਹੀ ਸੀ। ਇਹ ਕੀ ਕਰਦਾ ਸੀ, ਜੇ 5 ਬੋਰੀ ਇਹਨੇ ਬੋਲੀ ਹੈ ਤੇ ਮੰਨ ਲਓ ਇੱਥੇ ਫਾਰਮ ਦੇ ਵਿੱਚ 6 ਬੋਰੀਆਂ ਤੁਹਾਨੂੰ ਕਿਸੇ ਇੱਕ ਕ੍ਰੋਪ ਦੀਆਂ ਮਿਲ ਰਹੀਆਂ ਨੇ, ਤੇ ਇਹ 5 ਬੋਲੀ ਜਿਹੜੀ ਇਹਨੇ ਲਾਈ ਹੈ ਉਹ ਤਾਂ ਬ੍ਰਿਟਿਸ਼ਰਸ ਕੋਲ ਜਾਏਗੀ ਹੀ ਜਾਏਗੀ, ਪਰ ਇਹ ਜਿਹੜੀ 1 ਬੋਰੀ ਸੀ ਇਹ ਆਪਣੇ ਕੋਲ ਰੱਖ ਲੈਂਦਾ ਸੀ, ਤੇ ਕਿਸਾਨ ਵਿਚਾਰਾ ਖਾਲੀ ਹੱਥ ਰਹਿ ਗਿਆ ਨਾ। ਤੇ ਇਹ ਜਿਹੜਾ ਬਿਡਿੰਗ ਦਾ ਸਿਸਟਮ ਸੀ, ਪਹਿਲਾਂ 5 ਸਾਲਾਂ ਦੇ ਲਈ ਰੱਖਿਆ ਗਿਆ ਸੀ, ਫਿਰ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਗਲਤ ਹੋ ਰਿਹਾ, ਬਹੁਤ ਐਕਸਪਲੋਇਟੇਸ਼ਨ ਹੋ ਰਹੀ ਹੈ, ਕੰਪਨੀ ਨੂੰ ਬਹੁਤ ਲਾਸ ਹੋ ਰਿਹਾ, ਵੀ ਗੜਬੜ ਕਰ ਰਹੇ ਨੇ ਮਿਡਲਮੈਨ ਜਿਹੜੇ ਹੈਗੇ ਨੇ। ਫਿਰ ਉਸ ਤੋਂ ਬਾਅਦ 5 ਸਾਲ ਹਟਾ ਕੇ 1-1 ਸਾਲ ਦੀ ਬੋਲੀ ਲਾਣੀ ਸ਼ੁਰੂ ਕਰਤੀ ਸੀ। ਠੀਕ ਹੈ, ਇਹ ਗੱਲ ਯਾਦ ਰੱਖਿਓ। ਤਾਂ ਚਲੋ ਹੁਣ ਚੈਪਟਰ ਪੜ੍ਹਨਾ ਸ਼ੁਰੂ ਕਰਦੇ ਹਾਂ, ਤਾਂ ਕਿ ਹੋਰ ਡਿਟੇਲ ਦੇ ਵਿੱਚ ਤੁਹਾਨੂੰ ਚੀਜ਼ਾਂ ਸਮਝ ਆ ਜਾਣ ਜੋ ਆਪਾਂ ਹੁਣੇ ਪੜ੍ਹੀਆਂ। ਹੁਣ ਲੈਂਡ ਰੈਵਨਿਊ ਪਾਲਿਸੀਜ਼ ਆਫ ਦ ਬ੍ਰਿਟਿਸ਼ ਕੀ ਸੀ, ਲੈਂਡ ਤੇ ਰੈਵਨਿਊ ਲਾਣਾ ਯਾਨੀ ਟੈਕਸ ਲਾਣ ਦੀ ਪਾਲਿਸੀ ਇਹੀ ਸੀ ਵੀ ਸਭ ਤੋਂ ਜ਼ਿਆਦਾ ਉੱਥੋਂ ਮਨੀ ਜਿਹੜਾ ਹੈ ਉਹ ਕੱਢਿਆ ਜਾ ਸਕੇ, ਪੈਸਾ ਜਿਵੇਂ ਵੀ ਹੈ ਉਹ ਖਿੱਚਿਆ ਜਾ ਸਕੇ ਜ਼ਮੀਨ ਤੋਂ ਜੋ ਵੀ ਉੱਥੇ ਉਗਾਇਆ ਜਾ ਰਿਹਾ। ਤੇ ਇਸ ਕੰਮ ਦੇ ਲਈ ਬ੍ਰਿਟਿਸ਼ਰਸ ਨੇ ਅਲੱਗ ਅਲੱਗ ਰੈਵਨਿਊ ਪਾਲਿਸੀਜ਼ ਕੱਢੀਆਂ, ਜਿਵੇਂ ਆਪਾਂ ਪੜ੍ਹਿਆ ਬਿਡਿੰਗ ਸਿਸਟਮ, ਇਜਾਰੇਦਾਰੀ ਸਿਸਟਮ, ਹੈ ਨਾ। 1765 ਇੱਕ ਡਿਕਰੀਜ਼ਿੰਗ ਆਰਡਰ ਦੇ ਵਿੱਚ ਹੈਗਾ, 7 ਫਿਰ 6 ਫਿਰ 5, ਇੱਦਾਂ ਕਰਕੇ ਯਾਦ ਰੱਖਿਓ। 1765 ਦੇ ਵਿੱਚ ਜਿਹੜੀ ਈਸਟ ਇੰਡੀਆ ਕੰਪਨੀ ਹੈਗੀ ਹੈ, ਜਿਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਪਿਛਲੀ ਕਲਾਸ ਦੇ ਵਿੱਚ ਪੜ੍ਹਿਆ ਸੀ, ਉਹਨੂੰ ਦੀਵਾਨੀ ਰਾਈਟਸ ਮਿਲ ਗਏ ਸੀ ਬੰਬੇ ਦੇ, ਬੰਗਾਲ, ਉਹ ਤੋਂ ਉੜੀਸਾ, ਬੀ ਤੋਂ ਬਿਹਾਰ, ਵੀ ਦੀਵਾਨੀ ਰਾਈਟਸ ਯਾਨੀ ਤੁਸੀਂ ਇਹਨਾਂ 3 ਜਿਹੜੇ ਸਟੇਟਸ ਹੈਗੇ ਨੇ, ਏਰੀਆਜ਼ ਹੈਗੇ ਨੇ, ਇਹਨਾਂ ਤੋਂ ਰੈਵਨਿਊ ਕਲੈਕਟ ਕਰ ਲਓ, ਕਹਿਣ ਦਾ ਮਤਲਬ ਪੈਸੇ ਕਲੈਕਟ ਕਰ ਸਕਦੀ ਹੈ ਈਸਟ ਇੰਡੀਆ ਕੰਪਨੀ। ਪਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਵੀ ਲੈਂਡ ਤੋਂ ਜਿਹੜਾ ਜ਼ਮੀਨ ਤੋਂ ਰੈਵਨਿਊ ਹੈਗਾ ਹੈ ਉਹ ਕਲੈਕਟਰ ਜਿਹੜੇ ਨੇ ਬੰਦੇ ਹੈਗੇ ਨੇ ਉਹ ਕਲੈਕਟ ਕਰਕੇ ਸਾਨੂੰ ਦੇਣਗੇ। ਸਮਝ ਆਈ ਗੱਲ। ਈਸਟ ਇੰਡੀਆ ਕੰਪਨੀ ਨੂੰ ਦੇਤੇ ਸੀ ਦੀਵਾਨੀ ਰਾਈਟਸ ਯਾਨੀ ਪੈਸੇ ਕਲੈਕਟ ਕਰਨ ਦੇ ਰਾਈਟਸ 3 ਏਰੀਆਜ਼ ਦੇ, ਬੰਗਾਲ, ਉੜੀਸਾ ਤੇ ਬਿਹਾਰ ਦੇ, ਪਰ ਜੋ ਲੈਂਡ ਰੈਵਨਿਊ ਦੀ ਕਲੈਕਸ਼ਨ ਸੀ ਉਹ ਕਲੈਕਟਰਸ ਦੇ ਨਾਮ ਤੇ ਕੀਤੀ ਜਾ ਰਹੀ ਸੀ। ਹੁਣ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਉਹ ਲੈ ਕੇ ਆਈ ਸੀ ਉਹ ਸੀ ਬਿਡਿੰਗ ਸਿਸਟਮ, ਬੋਲੀ ਲਾਉਣ ਵਾਲਾ, ਜਾਂ ਮੈਂ ਤੁਹਾਨੂੰ ਹੁਣੇ ਪੜ੍ਹਾਇਆ ਇਜਾਰੇਦਾਰੀ ਸਿਸਟਮ।
1765 ਦੇ ਵਿੱਚ ਵਾਰਨ ਹੈਸਟਿੰਗ ਜਿਹੜੇ ਹੈਗੇ ਨੇ ਉਹਨਾਂ ਨੇ ਅਜਿਹਾ ਅਰੇਂਜਮੈਂਟ ਕੀਤਾ ਬੋਲੀ ਲਾਉਣ ਦਾ ਲੈਂਡ ਤੇ ਟੈਕਸ ਤੇ 5 ਸਾਲਾਂ ਦੇ ਲਈ, ਜਿਵੇਂ ਆਪਾਂ ਹੁਣੇ ਪੜ੍ਹਿਆ। ਇਸ ਸਿਸਟਮ ਦੇ ਵਿੱਚ ਜਿਹੜਾ ਟੈਕਸ ਕਲੈਕਟ ਕੀਤਾ ਜਾਂਦਾ ਸੀ, ਰਾਈਟ ਟੂ ਕਲੈਕਸ਼ਨ, ਉਹ ਹਾਈਐਸਟ ਬਿਡਰ ਨੂੰ ਦਿੱਤਾ ਜਾਂਦਾ ਸੀ। ਉਹ ਜ਼ਮੀਨ ਦੇ ਦਿੱਤੀ ਜਾਂਦੀ ਸੀ ਜੋ ਸਭ ਤੋਂ ਉੱਚੀ ਬੋਲੀ ਲਾਉਂਦਾ ਸੀ। ਫਿਰ ਅੱਗੇ ਜਾ ਕੇ 5 ਕੁ ਸਾਲ ਬਾਅਦ 1773 ਦੇ ਵਿੱਚ ਇਹ 1 ਸਾਲ ਦੇ ਲਈ ਕਰ ਦਿੱਤਾ ਗਿਆ, 5 ਸਾਲਾਂ ਤੋਂ ਹਟਾ ਕੇ 1 ਸਾਲ ਦੇ ਲਈ ਕਰ ਦਿੱਤਾ ਗਿਆ। ਹੁਣ ਇਹਦੇ ਵਿੱਚ ਜਿਹੜੇ ਬਿਡਰ ਸੀ ਜੋ ਬੋਲੀ ਲਾਉਂਦੇ ਸੀ, ਉਹ ਕਿਸਾਨਾਂ ਨੂੰ ਬਹੁਤ ਐਕਸਪਲੋਇਟ ਕਰਦੇ ਸੀ ਵੀ ਨਹੀਂ 6 ਬੋਰੀ ਕੱਢ, ਨਹੀਂ 7 ਕੱਢ, ਉਹਨਾਂ ਦਾ ਜਿੰਨਾ ਜੀ ਕਰਦਾ ਸੀ। ਦੇਖੋ ਉਹਨਾਂ ਨੇ ਤਾਂ ਫਿਕਸ ਦੇਣੀ ਹੈ ਨਾ, ਮਤਲਬ ਬ੍ਰਿਟਿਸ਼ਰਸ ਨੂੰ ਜਿੰਨੀ ਉਹਨਾਂ ਨੇ ਬੋਲੀ ਲਾਈ ਹੈ, ਬ੍ਰਿਟਿਸ਼ਰਸ ਨੂੰ ਉਨੀ ਬੋਰੀਆਂ ਜਾਂ ਉਨੇ ਪੈਸੇ ਉਹਨਾਂ ਨੂੰ ਦੇ ਦੇਣੇ। ਬਾਕੀ ਜਿੰਨਾ ਵੀ ਫਾਇਦਾ ਹੁੰਦਾ ਸੀ ਉਹ ਤਾਂ ਸਾਰਾ ਉਸ ਹਾਈਐਸਟ ਬਿਡਰ ਕੋਲ ਜਾਂਦਾ ਸੀ ਨਾ, ਉਹ ਕਿਸਾਨ ਨੂੰ ਚਾਹੇ ਜਿਵੇਂ ਮਰਜ਼ੀ ਐਕਸਪਲੋਇਟ ਕਰ ਲੈਣ। ਤੇ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਕਿਸਾਨ ਬਹੁਤ ਐਕਸਪਲੋਇਟ ਹੋ ਰਹੇ ਨੇ, ਕੰਪਨੀ ਨੂੰ ਨੁਕਸਾਨ ਹੋ ਰਿਹਾ, ਕੰਪਨੀ ਨੂੰ ਫਿਕਸਡ ਖਾਤਾ ਦੇ ਕੇ ਆਪ ਉਹ ਇੰਨੀਆਂ ਬੋਰੀਆਂ ਚੱਕੀ ਜਾ ਰਹੇ ਨੇ, ਹੈ ਨਾ। ਜੇ ਜ਼ਿਆਦਾ ਵਧੀਆ ਕ੍ਰੋਪ ਹੋ ਗਈ ਤੇ ਮੰਨ ਲਓ, ਜੇ ਫਸਲ ਹੋਈ ਨਹੀਂ ਫਿਰ ਵੀ ਫਾਰਮਰ ਜ਼ਿੰਮੇਦਾਰ ਹੈ, ਉਹ ਮਨੀ ਲੈਂਡਰ ਤੋਂ, ਸ਼ਾਹੂਕਾਰ ਤੋਂ ਪੈਸੇ ਲੈ ਕੇ ਪੂਰੀਆਂ ਕਰਦਾ ਸੀ ਕਿਸ਼ਤਾਂ। ਤੇ ਫਿਰ 1793 ਦੇ ਵਿੱਚ ਲਾਰਡ ਕੌਰਨਵਾਲਿਸ ਨੇ ਇੰਟਰੋਡਿਊਸ ਕੀਤਾ ਉਹ ਵਾਲਾ ਸਿਸਟਮ, ਕਿਉਂਕਿ ਇਹ ਪੁੱਛਿਆ ਜਾਂਦਾ ਹੈ ਪਰਮਾਨੈਂਟ ਸੈਟਲਮੈਂਟ ਜਾਂ ਜ਼ਮੀਨਦਾਰੀ ਸਿਸਟਮ ਕਿਹਨੇ ਇੰਟਰੋਡਿਊਸ ਕੀਤਾ ਸੀ ਤੇ ਕਦੋਂ। 1793 ਦੇ ਵਿੱਚ ਲਾਰਡ ਕੌਰਨਵਾਲਿਸ ਨੇ ਇੰਟਰੋਡਿਊਸ ਕੀਤਾ ਸੀ। ਹੁਣ ਮੈਂ ਇਹਨੂੰ ਕਿਵੇਂ ਯਾਦ ਕੀਤਾ ਹੋਇਆ, ਪਰਮਾਨੈਂਟ ਦਾ ਪੀ, ਬੀ ਬੀ ਬੰਗਾਲ ਤੇ ਬਿਹਾਰ ਦਾ ਏ, ਯਾਨੀ ਪੀ ਬੀ ਪੰਜਾਬ, ਜਿਵੇਂ ਆਪਾਂ ਪੀ ਬੀ ਲਿਖਦੇ ਆ ਨਾ, ਤੁਸੀਂ ਇੱਕ ਹੋਰ ਬੀ ਯਾਦ ਰੱਖਿਓ, ਬੰਗਾਲ ਤੇ ਬਿਹਾਰ ਦੇ ਵਿੱਚ ਇੰਟਰੋਡਿਊਸ ਕੀਤਾ ਸੀ ਪਹਿਲਾਂ ਪਰਮਾਨੈਂਟ ਸੈਟਲਮੈਂਟ ਦਾ ਸਿਸਟਮ। ਉਹੀ ਗੱਲ ਇੱਥੇ ਲਿਖੀ ਹੈ ਕਿ 1793 ਦੇ ਵਿੱਚ ਲਾਰਡ ਕੌਰਨਵਾਲਿਸ ਨੇ ਪਰਮਾਨੈਂਟ ਸੈਟਲਮੈਂਟ ਪਹਿਲਾਂ ਸ਼ੁਰੂ ਕੀਤੀ ਬੰਗਾਲ ਦੇ ਵਿੱਚ, ਫਿਰ ਉਸ ਤੋਂ ਬਾਅਦ ਬਿਹਾਰ, ਉੜੀਸਾ, ਬਨਾਰਸ ਤੇ ਇੰਡੀਆ ਦੇ ਉੱਤਲੇ ਹਿੱਸੇ ਦੇ ਵਿੱਚ ਇਹਨੂੰ ਹੋਰ ਦੇਸ਼ਾਂ, ਮਤਲਬ ਹੋਰ ਏਰੀਆਜ਼ ਦੇ ਵਿੱਚ ਇੰਟਰੋਡਿਊਸ ਕਰ ਦਿੱਤਾ ਗਿਆ। ਤੇ ਇਹਦੇ ਵਿੱਚ ਜਿਹੜੇ ਲੈਂਡ ਲਾਰਡ ਸੀ, ਯਾਨੀ ਜ਼ਮੀਨ ਦੇ ਜਿਹੜੇ ਮਾਲਕ ਸੀ, ਉਹਨਾਂ ਨੂੰ ਹੀ ਜ਼ਮੀਨ ਦੇ ਦਿੱਤੀ ਗਈ ਸੀ। ਤੇ ਉਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਇੱਥੋਂ ਜੋ ਵੀ ਰੈਵਨਿਊ ਮਿਲਦਾ ਹੈ ਉਹ ਤੁਸੀਂ ਜ਼ਮੀਨਦਾਰ ਨੂੰ ਦੇਣਾ। ਕਿਸਾਨ ਨੇ ਚੱਕ ਕੇ, ਜੋ ਵੀ ਲੈਂਡਲੋਰਡ ਹੈਗਾ ਉਹ ਪੈਸਾ ਕਿਹਨੂੰ ਜਾ ਕੇ ਡਿਪੋਜ਼ਿਟ ਕਰੇਗਾ, ਜ਼ਮੀਨਦਾਰ ਨੂੰ, ਤੇ ਜ਼ਮੀਨਦਾਰ ਅੱਗੇ ਜਾ ਕੇ ਟ੍ਰੈਜਰੀ ਯਾਨੀ ਬ੍ਰਿਟਿਸ਼ਰਸ ਨੂੰ ਉਹ ਪੈਸੇ ਡਿਪੋਜ਼ਿਟ ਕਰੇਗਾ। ਪਰ ਕਿਸੇ ਕਾਰਨਵਸ਼ ਜੇ ਜ਼ਮੀਨਦਾਰ ਉਹ ਪੈਸੇ ਨਹੀਂ ਦੇ ਸਕਦਾ, ਨਹੀਂ ਡਿਪੋਜ਼ਿਟ ਕਰਦਾ, ਤਾਂ ਸਰਕਾਰ ਯਾਨੀ ਈਸਟ ਇੰਡੀਆ ਕੰਪਨੀ ਉਹ ਜਿਹੜਾ ਹਿੱਸਾ ਜਿਹੜਾ ਜ਼ਮੀਨਦਾਰ ਦੇ ਨਿਗਰਾਨੀ ਹੇਠ ਸੀ ਉਹਦੇ ਤੋਂ ਲੈ ਕੇ ਉਹ ਕਿਸੇ ਹੋਰ ਜ਼ਮੀਨਦਾਰ ਨੂੰ ਦੇ ਦਿੱਤਾ ਜਾਏਗਾ। ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਜ਼ਮੀਨਦਾਰ ਸੀਗੇ ਉਹਨਾਂ ਕੋਲ ਰਾਈਟ ਸੀਗਾ ਲੈਂਡ ਰੈਵਨਿਊ ਕਲੈਕਟ ਕਰਨ ਦਾ, ਉਹਨਾਂ ਗਰੀਬਾਂ ਤੋਂ ਜਿਸ ਵੀ ਤਰੀਕੇ ਦੇ ਵਿੱਚ ਉਹ ਚਾਹੁੰਦੇ ਸੀ ਉਸ ਤਰੀਕੇ ਨਾਲ ਲੈਂਡ ਤੋਂ ਪੈਸੇ ਐਕਸਪਲੋਇਟ ਕਰਦੇ ਸੀ, ਲੈ ਲੈਂਦੇ ਸੀ। ਜਿਵੇਂ ਮੈਂ ਤੁਹਾਨੂੰ ਇੱਥੇ ਡਾਇਗ੍ਰਾਮ ਰਾਹੀਂ ਸਮਝਾਇਆ ਸੀ, ਹੁਣੇ ਇਹ ਵਾਲਾ ਡਾਇਗ੍ਰਾਮ ਕਿ ਫਾਰਮਰ ਸੀ, ਫਿਰ ਜ਼ਮੀਨਦਾਰ ਸੀ, ਫਿਰ ਬ੍ਰਿਟਿਸ਼ ਗਵਰਨਮੈਂਟ ਸੀ। ਬ੍ਰਿਟਿਸ਼ਰਸ ਜਿਹੜੇ ਸੀ ਉਹ ਜ਼ਮੀਨਦਾਰ ਤੋਂ ਪੈਸੇ ਲੈਂਦੇ ਸੀ, ਠੀਕ ਹੈ। ਤੇ ਜ਼ਮੀਨਦਾਰ ਜਿਹੜੇ ਨੇ ਉਹ ਜਿੰਨਾ ਚਾਹੇ ਫਾਰਮਰਸ ਨੂੰ ਐਕਸਪਲੋਇਟ ਕਰਕੇ, ਕਿਉਂਕਿ ਉਹ ਮਾਲਕ ਬਣ ਜਾਂਦੇ ਸੀ ਲੈਂਡ ਦੇ, ਤੇ ਉਹ ਫਾਰਮਰਸ ਨੂੰ ਬਹੁਤ ਜ਼ਿਆਦਾ ਐਕਸਪਲੋਇਟ ਕਰ ਕਰਕੇ ਪੈਸੇ ਤੇ ਮੁਨਾਫਾ ਕੱਢ ਰਹੇ ਸੀ। ਹੁਣ ਇਹਦੇ ਡੀਮੈਰਿਟਸ ਕੀ ਸੀ, ਮਤਲਬ ਇਸ ਸਿਸਟਮ ਦੇ ਨੁਕਸਾਨ ਕੀ ਸੀ? ਇਸ ਸਿਸਟਮ ਦੇ ਨੁਕਸਾਨ ਇਹ ਸੀ ਵੀ ਜ਼ਮੀਨਦਾਰ ਜਿਹੜੇ ਸੀ ਉਹ ਫਾਰਮਰਸ 'ਤੇ ਬਹੁਤ ਜ਼ੁਲਮ ਕਰਦੇ ਸੀ, ਕਿਉਂਕਿ ਲੈਂਡ ਦੇ ਮਾਲਕ ਉਹ ਬਣ ਗਏ ਸੀ, ਤੇ ਜਿਹੜੀ ਇਨਕਮ ਸੀ ਕੰਪਨੀ ਨੂੰ ਉਹ ਵੀ ਫਿਕਸ ਸੀ, ਘਾਟੇ ਵਿੱਚ ਜਾ ਰਹੀ ਸੀ ਹੌਲੀ ਹੌਲੀ ਕਰਕੇ। ਇਹ ਜਿਹੜੀ ਇਨਕਮ ਸੀ, ਖਰਚਾ ਵੱਧ ਰਿਹਾ ਸੀ, ਇਨਕਮ ਘੱਟ ਰਹੀ ਸੀ ਕੰਪਨੀ ਨੂੰ, ਕੰਪਨੀ ਲੋਸ ਦੇ ਵਿੱਚ ਜਾ ਰਹੀ ਸੀ ਈਸਟ ਇੰਡੀਆ ਕੰਪਨੀ। ਤੇ ਜਿਹੜਾ ਟੈਕਸ ਦਾ ਬਰਡਨ ਸੀ ਉਹ ਜ਼ਿਆਦਾ ਤੋਂ ਜ਼ਿਆਦਾ, ਦੇਖੋ ਖੇਤੀਬਾੜੀ ਤੋਂ ਜੇ ਫਾਰਮਰਸ ਤੋਂ ਟੈਕਸ ਨਹੀਂ ਆ ਰਿਹਾ ਜਿੰਨਾ ਚਾਹੀਦਾ ਹੈਗਾ, ਤਾਂ ਜਿਹੜੇ ਨੋਨ ਐਗਰੀਕਲਚਰਲ ਕਲਾਸ ਹੈ, ਮਤਲਬ ਹੋਰ ਕੋਈ ਕੰਮ ਕਰਦੀ ਹੈ ਕਲਾਸ, ਲੋਅਰ ਕਲਾਸ, ਕੋਈ ਹੋਰ ਟੁਪਕਾ ਕਲਾਸ ਦਾ,
ਉਹਨਾਂ ਤੋਂ ਟੈਕਸ ਲਿਆ ਜਾਂਦਾ ਸੀ ਕਿਸਾਨਾਂ ਤੋਂ ਛੱਡ ਕੇ, ਮਤਲਬ ਇਹਨਾਂ ਦਾ ਟੈਕਸ ਫਿਰ ਵੱਧ ਗਿਆ ਨਾ, ਕਿਉਂਕਿ ਖੇਤੀਬਾੜੀ ਤੋਂ ਤਾਂ ਓਨੀ ਇਨਕਮ ਆ ਰਹੀ ਹੈ, ਓਨੀ ਇਨਕਮ ਨਾਲ ਕੰਪਨੀ ਫਾਇਦਾ ਨਹੀਂ ਕਰ ਪਾ ਰਹੀ, ਤੇ ਬਾਕੀ ਜਿਹੜੇ ਓਕਿਊਪੇਸ਼ਨ ਸੀ ਉਹਨਾਂ ਤੇ ਟੈਕਸ ਜ਼ਿਆਦਾ ਲਾ ਦਿੱਤਾ ਜਾ ਰਿਹਾ ਸੀ। ਤੇ ਗਵਰਨਮੈਂਟ, ਕਿਉਂਕਿ ਹੁਣ ਵਿੱਚ ਕੀ ਆ ਰਿਹਾ ਸੀ, ਜ਼ਮੀਨਦਾਰ ਇੱਥੇ ਬ੍ਰਿਟਿਸ਼ਰਸ ਤੇ ਇੱਥੇ ਕੌਣ ਸੀ ਫਾਰਮਰਸ, ਬ੍ਰਿਟਿਸ਼ਰਸ ਦਾ ਕੋਈ ਡਾਇਰੈਕਟ ਕੰਟੈਕਟ ਥੋੜੀ ਸੀ ਫਾਰਮਰਸ ਦੇ ਨਾਲ, ਵਿੱਚ ਤਾਂ ਜ਼ਮੀਨਦਾਰ ਆ ਰਹੇ ਸੀ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਹੈ ਪਰਮਾਨੈਂਟ ਸੈਟਲਮੈਂਟ ਦਾ, ਉਹ ਜ਼ਮੀਨਦਾਰ ਨੂੰ ਹੋ ਰਿਹਾ ਸੀ। ਉਹ ਤਾਂ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀ ਰਹੇ ਸੀ, ਇੱਥੇ ਦੋਨੋਂ ਸਾਈਡ ਨੁਕਸਾਨ ਹੋ ਰਿਹਾ ਸੀ। ਫਿਰ ਇਸ ਤੋਂ ਬਾਅਦ ਇੰਟਰੋਡਿਊਸ ਕੀਤਾ ਗਿਆ ਰਿਓਤਵਾਦੀ ਸਿਸਟਮ ਥਾਮਸ ਮੁੰਡਰੋ ਨੇ, ਕਿਉਂਕਿ ਇਹਦੇ ਵਿੱਚ ਬਹੁਤ ਨੁਕਸਾਨ ਸੀ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਜਾਂ ਜ਼ਮੀਨਦਾਰੀ ਸਿਸਟਮ ਦੇ ਵਿੱਚ। ਕਿਹਨੇ ਇੰਟਰੋਡਿਊਸ ਕੀਤੀ ਸੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਹੁਣ ਰਿਓਤਵਾੜੀ ਸਿਸਟਮ ਜਦ ਮੈਂ ਤੁਹਾਨੂੰ ਦੱਸਿਆ ਤਾਂ ਮੈਂ ਰਿਓਤਵਾੜੀ ਸਿਸਟਮ ਦੇ ਵਿੱਚ ਤੁਹਾਨੂੰ ਇੱਕ ਗੱਲ ਸਮਝਾਈ ਸੀ, ਰਿਓਤ ਦਾ ਮਤਲਬ ਕੀ ਹੁੰਦਾ, ਪੀਜ਼ੈਂਟ ਜਾਂ ਫਾਰਮਰ, ਮੁੰਡਰੋ ਨੇ ਇੰਟਰੋਡਿਊਸ ਕੀਤਾ ਸੀ। ਹੁਣ ਇਹਦੇ ਵਿੱਚ ਜਿਹੜਾ ਫਾਰਮਰ ਹੈ ਉਹਨੇ ਹੀ ਪੈਸੇ ਡਾਇਰੈਕਟਲੀ ਬ੍ਰਿਟਿਸ਼ਰਸ ਨੂੰ ਪੇ ਕਰਨੇ ਸੀ। ਰਿਓਤਵਾੜੀ ਦੇ ਵਿੱਚ ਮੈਂ ਇਹੀ ਦੱਸਿਆ ਸੀ ਫਾਰਮਰਸ ਡਾਇਰੈਕਟਲੀ ਪੇ ਕਰਦੇ ਸੀ, ਲੈਂਡ ਰੈਵਨਿਊ ਫਿਕਸ ਸੀ। ਤੇ ਜਿਹੜਾ ਲੈਂਡ ਰੈਵਨਿਊ ਹੈਗਾ ਇਹ ਯਾਦ ਰੱਖਿਓ, ਇਹ ਇਨਕਰੀਜ਼ ਹੁੰਦਾ ਰਹਿੰਦਾ ਸੀ ਆਏ 20 ਤੋਂ 30 ਸਾਲਾਂ ਤੋਂ ਬਾਅਦ, ਇਹ ਵਧਾਉਂਦੇ ਰਹਿੰਦੇ ਸੀ, ਜਿੰਨੀ ਵੀ ਇਨਕਮ ਹੁੰਦੀ ਸੀ ਉਹਨੂੰ ਵਧਾਉਂਦੇ ਰਹਿੰਦੇ ਸੀ। ਤੇ ਗਵਰਨਮੈਂਟ ਨੇ ਇਹ ਕਿਹਾ ਵੀ ਡਾਇਰੈਕਟਲੀ ਕਿਸਾਨ ਹੀ ਇਹਦੇ ਵਿੱਚ ਹਿੱਸਾ ਦੇਣਗੇ। ਪਰ ਹੁਣ ਇਹਦੇ ਮੈਂ ਦੱਸਿਆ ਸੀ ਜਿਹੜਾ ਟੈਕਸ ਲੱਗਦਾ ਸੀ ਉਹ ਪ੍ਰੋਡਿਊਸ ਤੇ ਨਹੀਂ ਲੱਗਦਾ ਸੀ ਵੀ ਕਿੰਨੀ ਫਸਲ ਉੱਗੀ ਹੈ, ਉਹਦੇ ਤੇ ਨਹੀਂ, ਸਿੱਧਾ ਲੈਂਡ ਤੇ ਲਾਇਆ ਜਾਂਦਾ ਸੀ। ਜੇ ਬੰਜਰ ਏਰੀਆ ਤਾਂ 50% ਟੈਕਸ, ਜੇ ਇਰੀਗੇਟਡ ਹੈ 60%, ਫਸਲ ਹੋਏ ਨਾ ਹੋਏ ਕੋਈ ਪ੍ਰੋਬਲਮ ਨਹੀਂ ਹੈ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਰਿਓਤਵਾੜੀ ਦੇ ਡੀਮੈਰਿਟ ਇਹ ਸੀਗੇ, ਨੁਕਸਾਨ ਇਹ ਸੀ ਕਿ ਫਿਰ ਕਿਸਾਨ ਹੀ ਐਕਸਪਲੋਇਟ ਹੋ ਰਹੇ ਸੀ ਇਹਦੇ ਵਿੱਚ ਵੀ, ਠੀਕ ਹੈ ਨਾ। ਆਪਾਂ ਇਹ ਕਹਿ ਰਹੇ ਸੀ ਵੀ ਇਹਦੇ ਵਿੱਚ ਜਿਵੇਂ ਪਿਛਲੇ ਵਾਲੇ ਦੇ ਵਿੱਚ ਜਿਹੜੇ ਜ਼ਮੀਨਦਾਰ ਹੈਗੇ ਨੇ ਉਹ ਐਕਸਪਲੋਇਟ ਕਰ ਰਹੇ ਸੀ, ਇਹਦੇ ਵਿੱਚ ਗਵਰਨਮੈਂਟ ਐਕਸਪਲੋਇਟ ਕਰ ਰਹੀ ਹੈ, ਕਿਉਂਕਿ ਗਵਰਨਮੈਂਟ ਡਾਇਰੈਕਟਲੀ ਇਨ ਟੱਚ ਹੈਗੀ ਹੈ ਫਾਰਮਰਸ ਦੇ। ਤੇ ਜ਼ਿਆਦਾ ਤੋਂ ਜ਼ਿਆਦਾ ਜੋ ਵੀ ਫਾਰਮਰਸ ਉਗਾਉਂਦੇ ਸੀ ਉਹ ਸਾਰਾ ਦਾ ਸਾਰਾ ਲੈਂਡ ਰੈਵਨਿਊ ਦੇ ਵਿੱਚ ਚਲਾ ਜਾਂਦਾ ਸੀ, ਟੈਕਸ ਦੇ ਨਾਮ ਤੇ ਲੈ ਜਾਂਦੇ ਸੀ ਉਹ। ਤੇ ਜਿਹੜੇ ਕਿਸਾਨ ਸੀ, ਕਿਉਂਕਿ ਟੈਕਸ ਤਾਂ ਪੇ ਕਰਨਾ ਹੀ ਕਰਨਾ, ਉਹ ਵਿਚਾਰੇ ਉਧਾਰੀ ਲੈ ਲੈ ਕੇ ਟੈਕਸ ਪੇ ਕਰਦੇ ਸੀ, ਤੇ ਇਸੇ ਕਰਕੇ ਉਹਨਾਂ ਦੀ ਜ਼ਿੰਦਗੀ ਨਰਕ ਹੋ ਗਈ ਸੀ, ਮਨੀ ਲੈਂਡਰਸ ਤੋਂ ਪੈਸੇ ਲੈ ਲਿਆ ਕਰਦੇ ਸੀ। ਅੱਗੇ ਮਹਿਲਵਾੜੀ ਸਿਸਟਮ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਮਹਿਲ, ਇਹਦਾ ਮਤਲਬ ਕੀ ਹੁੰਦਾ, ਵਿਲੇਜ, ਪੂਰੇ ਵਿਲੇਜ ਨੂੰ ਇਕੱਠੇ ਕਰਕੇ ਜਿੰਨੇ ਵੀ ਲੋਕ ਹੈਗੇ ਨੇ ਇੱਕ ਕਮਿਊਨਿਟੀ ਦੇ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਸੀ। ਇਹ ਇੰਟਰੋਡਿਊਸ ਹੋਇਆ ਸੀ, ਮਹਿਲਵਾੜੀ ਪੁੱਛਿਆ ਜਾਂਦਾ ਪੰਜਾਬ ਦੇ ਵਿੱਚ ਕਿਹੜਾ ਇੰਟਰੋਡਿਊਸ ਹੋਇਆ ਸੀ, ਪਹਿਲਾਂ ਉੱਤਰ ਪ੍ਰਦੇਸ਼, ਫਿਰ ਪੰਜਾਬ, ਫਿਰ ਮੱਧ ਪ੍ਰਦੇਸ਼ ਦੇ ਵਿੱਚ। ਇਹਦੇ ਵਿੱਚ ਜਿਹੜਾ ਟੈਕਸ ਹੈਗਾ ਉਹ ਪੂਰਾ ਦਾ ਪੂਰਾ ਵਿਲੇਜ ਦਿੰਦਾ ਸੀ, ਠੀਕ ਹੈ। ਤੇ ਇਹਦੇ ਵਿੱਚ ਜਿਹੜਾ ਬੰਦਾ ਟੈਕਸ ਕਲੈਕਟ ਕਰਦਾ ਸੀ ਉਹਦਾ ਕੀ ਨਾਮ ਸੀ, ਮੈਂ ਤੁਹਾਨੂੰ ਹੁਣੇ ਦੱਸਿਆ ਸੀ ਜਦ ਪਹਿਲਾਂ ਸਮਝਾਇਆ ਸੀ, ਉਹਦਾ ਕੀ ਨਾਮ ਸੀ, ਐਲ ਤੋਂ ਸ਼ੁਰੂ ਹੁੰਦਾ ਸੀ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਤੇ 5% ਟੈਕਸ ਦੇਣਾ ਪੈਂਦਾ ਸੀ, ਉਹ 5% ਨੂੰ ਕੀ ਕਹਿੰਦੇ ਆ ਮੈਂ ਪਹਿਲਾਂ ਸਮਝਾਇਆ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮੈਨੂੰ ਦੱਸਿਓ। ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਬੈਸਟ ਮੰਨਿਆ ਜਾਂਦਾ ਸੀ, ਕਿਉਂਕਿ ਇਹਦੇ ਵਿੱਚ ਜਿਹੜੀ ਗੱਲਾਂ ਸੀ, ਮਤਲਬ ਵਧੀਆ ਗੱਲਾਂ ਪਰਮਾਨੈਂਟ ਸੈਟਲਮੈਂਟ ਦੀਆਂ ਵੀ ਸੀ ਤੇ ਰਿਓਤਵਾੜੀ ਦੀ ਵੀ, ਬੈਸਟ ਗੱਲਾਂ ਇਹਦੇ ਵਿੱਚ ਸੀ। ਤੇ ਇਹਦੇ ਵਿੱਚ ਡਿਫੈਕਟ ਇਹੀ ਸੀ ਕਿ ਬੰਦਿਆਂ ਨੂੰ, ਮਤਲਬ ਜੋ ਲੋਕ ਸੀਗੇ ਉਹਨਾਂ ਨੂੰ ਕਾਫੀ ਭਾਰੀ ਹਰਜਾਨਾ ਪੇ ਕਰਨਾ ਪੈਂਦਾ ਸੀ। ਇਹ ਤਾਂ ਹਰ ਕਿਸੇ ਦੇ ਵਿੱਚ ਇਹੀ ਪ੍ਰੋਬਲਮ ਹੈ ਵੀ ਟੈਕਸ ਜ਼ਿਆਦਾ ਪੇ ਕਰਨਾ ਪੈਂਦਾ ਸੀ ਐਂਡ ਦੇ ਵਿੱਚ, ਠੀਕ ਹੈ ਜੀ। ਹੁਣ
ਅਗਲਾ ਟੌਪਿਕ ਇਹ ਹੈ ਇਫੈਕਟਸ ਆਫ ਲੈਂਡ ਰੈਵਨਿਊ ਪਾਲਿਸੀ ਆਫ ਦ ਬ੍ਰਿਟਿਸ਼ਰਸ, ਯਾਨੀ ਬ੍ਰਿਟਿਸ਼ਰਸ ਇਹ ਜਿਹੜਾ ਪੈਸਾ ਚੱਕ ਰਹੇ ਸੀ ਕਿਸਾਨਾਂ ਤੋਂ, ਇਹਦਾ ਅਸਰ ਕੀ ਹੋ ਰਿਹਾ ਸੀ? ਪਹਿਲਾ ਅਸਰ ਤਾਂ ਇਹ ਹੋ ਰਿਹਾ ਸੀ ਕਿ ਬਹੁਤ ਜ਼ਿਆਦਾ ਜ਼ੁਲਮ ਹੋ ਰਹੇ ਸੀ ਕਿਸਾਨਾਂ ਦੇ ਇਹਨਾਂ ਲੈਂਡ ਰੈਵਨਿਊ ਪਾਲਿਸੀਜ਼ ਕਰਕੇ ਜੋ ਬ੍ਰਿਟਿਸ਼ਰਸ ਨੇ ਅਡੋਪਟ ਕੀਤੀਆਂ ਸੀ। ਬੇਸ਼ੱਕ ਉਹ ਮਹਿਲਵਾੜੀ ਹੋਏ, ਰਿਓਤਵਾੜੀ ਹੋਏ, ਪਰਮਾਨੈਂਟ ਸੈਟਲਮੈਂਟ ਜ਼ਮੀਨਦਾਰੀ ਜਾਂ ਫਿਰ ਬਿਲਡਿੰਗ ਸਿਸਟਮ ਜਾਂ ਫਿਰ ਇਜੇਦਾਰੀ ਸਿਸਟਮ ਸੀ, ਬਹੁਤ ਜ਼ਿਆਦਾ ਜਿਹੜੇ ਬ੍ਰਿਟਿਸ਼ਰ ਸੀ ਉਹ ਕਿਸਾਨਾਂ ਨੂੰ ਹੀ ਐਕਸਪਲੋਇਟ ਕਰ ਰਹੇ ਸੀ। ਜਿਵੇਂ ਜ਼ਮੀਨਦਾਰੀ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਐਕਸਪਲੋਇਟ ਹੋ ਰਹੇ ਸੀ, ਠੀਕ ਹੈ, ਜ਼ਮੀਨਦਾਰੀ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਜਿਹੜੇ ਜ਼ਮੀਨਦਾਰ ਹੈਗੇ ਨੇ ਉਹ ਐਕਸਪਲੋਇਟ ਕਰ ਰਹੇ ਸੀ ਕਿਸਾਨਾਂ ਨੂੰ ਕਿ ਫਿਕਸ ਇਨਕਮ ਪੇ ਕਰਨੀ ਹੈ ਨਹੀਂ ਕਰਨੀ, ਠੀਕ ਹੈ। ਦੇ ਯੂਜ਼ ਟੂ ਗਿਵ ਅ ਫਿਕਸਡ ਲੈਂਡ ਰੈਵਨਿਊ ਟੂ ਦਾ ਗਵਰਨਮੈਂਟ, ਮਤਲਬ ਸਰਕਾਰ ਨੂੰ ਛੋਟਾ ਜਿਹਾ ਹਿੱਸਾ ਦੇ ਕੇ ਆਪ ਮਾਲਕ ਬਣ ਜਾਂਦੇ ਸੀ ਬਾਕੀ ਦੇ ਲੈਂਡ ਦੇ, ਠੀਕ ਹੈ। ਤੇ ਜਿੰਨਾ ਵੀ ਕਲੈਕਟ ਹੁੰਦਾ ਸੀ ਟੈਕਸ ਉਹ ਆਪਣੀ ਇੱਛਾ ਨਾਲ ਕਲੈਕਟ ਕਰਦੇ ਸੀ। ਜ਼ਮੀਨਦਾਰੀ ਦੇ ਵਿੱਚ ਜ਼ਮੀਨਦਾਰ ਐਕਸਪਲੋਇਟ ਕਰ ਰਹੇ ਸੀ, ਪਰ ਜੇ ਆਪਾਂ ਜ਼ਮੀਨਦਾਰੀ ਸਿਸਟਮ ਨੂੰ ਛੱਡ ਦੇਈਏ ਤਾਂ ਗਵਰਨਮੈਂਟ ਵੀ ਤਾਂ ਐਕਸਪਲੋਇਟ ਕਰ ਰਹੀ ਸੀ। ਰਿਓਤਵਾੜੀ ਤੇ ਮਹਿਲਵਾੜੀ ਸਿਸਟਮ ਦੇ ਵਿੱਚ ਪਹਿਲਾਂ ਤਾਂ ਜ਼ਮੀਨਦਾਰ ਕਰ ਰਹੇ ਸੀ, ਫਿਰ ਉਸ ਤੋਂ ਬਾਅਦ ਅਗਲੀ ਦੋ ਜਿਹੜੀ ਰਿਓਤਵਾੜੀ ਜਾਂ ਮਹਿਲਵਾੜੀ ਹੈਗੀ ਆ, ਮਹਿਲਵਾੜੀ ਯਾਨੀ ਜਿਹਦੇ ਵਿੱਚ ਵਿਲੇਜ ਤੋਂ ਇਕੱਠੇ ਕਰਕੇ ਇੱਕ ਯੂਨਿਟ ਕੰਸਿਡਰ ਕਰਕੇ ਕਲੈਕਟ ਕੀਤਾ ਜਾਂਦਾ ਸੀ ਟੈਕਸ, ਤੇ ਰਿਓਤਵਾੜੀ ਮਤਲਬ ਪੀਜ਼ੈਂਟ ਤੋਂ, ਫਾਰਮਰ ਤੋਂ। ਇਹਨਾਂ ਵਿੱਚ ਤਾਂ ਸਰਕਾਰ ਡਾਇਰੈਕਟਲੀ ਐਕਸਪਲੋਇਟ ਕਰ ਰਹੀ ਸੀ ਨਾ, ਨਿਚੋੜ ਰਹੀ ਸੀ ਲੈਂਡ ਰੈਵਨਿਊ। ਤੇ ਹਰੇਕ ਆਪਾਂ ਇਹ ਕਹਿ ਸਕਦੇ ਹਾਂ, ਜਿਹਨਾਂ ਆਪਾਂ ਇਹ ਕਹਿ ਸਕਦੇ ਏਰੀਆਜ਼ ਦੇ ਵਿੱਚ ਇੱਕ ਤਿਹਾਈ ਜਾਂ ਅੱਧੀ ਜਿਹੜੀ ਪ੍ਰੋਡਕਸ਼ਨ ਹੈਗੀ ਆ ਉਹ ਹੋ ਰਹੀ ਸੀ, ਉਹ ਬੇਫਿਕਰ ਹੋ ਕੇ ਉਹਦੇ 'ਤੇ ਵੀ ਰੇਟ ਜਿਹੜਾ ਸੀ ਉਹ ਵਧਾਉਂਦੇ ਜਾ ਰਹੇ ਸੀ। ਕਹਿਣ ਦਾ ਮਤਲਬ ਵੀ ਜੇ ਇੱਕ ਏਰੀਆ ਹੈਗਾ ਉਹਦੇ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਕਿਹਾ ਜਾ ਰਿਹਾ ਕਿ ਜੋ ਵੀ ਪ੍ਰੋਡਕਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਇੱਕ ਤਿਹਾਈ ਜਾਂ ਅੱਧਾ ਜਿਹੜਾ ਪ੍ਰੋਡਕਸ਼ਨ ਹੋ ਰਹੀ ਹੈ ਜੋ ਵੀ ਤੁਸੀਂ ਉਗਾ ਰਹੇ ਹੋ ਉਹ ਟੈਕਸ ਦੇ ਵਿੱਚ ਜਾਣਾ, ਤਾਂ ਇਹ ਜਿਹੜਾ ਹੈਗਾ ਇੱਕ ਤਿਹਾਈ ਅੱਧਾ ਇਹ ਆਏ ਸਾਲ ਵਧਾਉਂਦੇ ਜਾ ਰਹੇ ਸੀ ਵੀ ਨਹੀਂ ਹੋਰ ਚਾਹੀਦਾ ਹੋਰ ਚਾਹੀਦਾ। ਹੁਣ ਵਿਚਾਰੇ ਕਿਸਾਨ ਦੇ ਕੋਲ ਜ਼ਮੀਨ ਤਾਂ ਉਨੀ ਹੈ ਨਾ, ਤੁਸੀਂ ਜੇ ਪ੍ਰੋਡਕਸ਼ਨ ਜਿੰਨੀ ਵੀ ਹੋ ਰਹੀ ਉਹਦੇ ਵਿੱਚੋਂ ਆਪਣਾ ਸ਼ੇਅਰ ਵਧਾਉਂਦੇ ਜਾਓਗੇ, ਕਿਸਾਨ ਕੋਲ ਕੀ ਰਹਿ ਜਾਏਗਾ? ਤੇ ਇਹਦੇ ਵਿੱਚ ਇੱਕ ਵੱਡੀ ਜਿਹੜੀ ਗੱਲ ਤੁਸੀਂ ਧਿਆਨ ਨਹੀਂ ਦਿੱਤੀ ਹੋਏਗੀ ਉਹ ਇਹ ਸੀ ਵੀ ਚਲੋ ਤੁਸੀਂ ਆਏ ਸਾਲ ਲੈਂਡ ਰੈਵਨਿਊ ਵਧਾ ਰਹੇ ਹੋ ਪਰ ਜਿਹੜਾ ਲੈਂਡ ਹੈ ਉਹ ਤਾਂ ਓਨਾ ਹੀ ਹੈ, ਪਰ ਹੁਣ ਜਿਹੜੀ ਫੈਮਿਲੀ ਹੈ ਕਿਸਾਨ ਦੀ ਉਹਦੇ ਵਿੱਚ ਤਾਂ ਇਹ ਹਿੱਸੇਦਾਰੀ ਹੋ ਰਹੀ ਹੈ ਨਾ, ਵੰਡ ਰਿਹਾ। ਤੇ ਤੁਸੀਂ ਕਹਿ ਰਹੇ ਹੋ ਕਿ ਨਹੀਂ ਜੀ ਹਰੇਕ ਵਾਰ ਇੰਨਾ 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 ਏਰੀਆ ਜਿਹੜਾ ਹੈ ਜੋ ਪ੍ਰੋਡਿਊਸ ਹੋ ਰਿਹਾ ਉਹ ਸਾਨੂੰ ਦੇ ਰਹੇ ਹੋ, ਪਰ ਹਰੇਕ ਵਾਰੀ ਜਦ ਫੈਮਿਲੀ ਦੇ ਵਿੱਚ ਡਿਵੀਜ਼ਨ ਹੋ ਰਹੀ ਹੈ ਕਿਉਂਕਿ ਪ੍ਰਾਈਵੇਟ ਪ੍ਰੋਪਰਟੀ ਹੋ ਗਈ ਨਾ, ਵੰਡ ਹੁੰਦੀ ਜਾ ਰਹੀ ਸੀ, ਤਾਂ ਉਹ ਲੈਂਡ ਉਹਨਾਂ ਨਹੀਂ ਨਾ ਰਹਿ ਰਿਹਾ ਸੀ ਜਿਹੜਾ ਬੱਚਿਆਂ ਕੋਲ ਆ ਰਿਹਾ ਸੀ, ਤਾਂ ਉਹਨਾਂ 'ਤੇ ਕਿੰਨਾ ਜ਼ਿਆਦਾ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਪ੍ਰੋਬਲਮ ਆ ਰਹੀ ਸੀ। ਫੈਮਿਲੀ ਦੇ ਵਿੱਚ ਇੱਕ ਪ੍ਰਾਈਵੇਟ ਪ੍ਰੋਪਰਟੀ ਵਜੋਂ ਲੈਂਡ ਡਿਵਾਈਡ ਹੋ ਰਿਹਾ ਸੀ, ਵਿਚਾਰੇ ਕਿੱਥੇ ਇੰਨਾ ਟੈਕਸ ਦੇ ਦਿੰਦੇ? ਤੇ ਜਿਹੜੀਆਂ ਲੈਂਡ ਰੈਵਨਿਊ ਪਾਲਿਸੀ ਸੀਗੀਆਂ ਉਹਦੇ ਵਿੱਚ ਇੱਕ ਜਿਹੜਾ ਫਾਰਮਰ ਨੂੰ ਟੈਕਸ ਡਿਪੋਜ਼ਿਟ ਕਰਨਾ ਹੁੰਦਾ ਸੀ ਇਹਦੇ ਵਿੱਚ ਉਹ ਨਹੀਂ ਦੇਖਿਆ ਜਾਂਦਾ ਸੀ ਵੀ ਬਾੜ ਆ ਗਈ ਜਾਂ ਸੁੱਕਾ ਪੈ ਗਿਆ ਕਿਸੇ ਤਰੀਕੇ ਦੇ ਨਾਲ ਜਾਂ ਹੋਰ ਕੋਈ ਨੈਚੁਰਲ ਕੈਲਮਿਟੀ ਆ ਗਈ, ਉਹਨਾਂ ਵੱਲ ਨਹੀਂ ਧਿਆਨ ਦਿੱਤਾ ਜਾਂਦਾ ਸੀ ਲੈ ਇਹ ਕਿਹੜੀਆਂ ਚੀਜ਼ਾਂ ਜੋ ਦੇਣਾ ਹੈ ਉਹ ਦੇਣਾ ਹੀ ਹੈ। ਤੇ ਇਸ ਚੀਜ਼ ਨੂੰ ਪੂਰਾ ਕਰਨ ਦੇ ਲਈ ਵੀ ਟੈਕਸ ਤਾਂ ਪੇ ਕਰਨਾ ਹੀ ਪੈਣਾ ਵਿਚਾਰਿਆਂ ਨੂੰ, ਆਪਣੀ ਜਿਹੜੀ ਲੈਂਡ ਹੈਗੀ ਉਹਨੂੰ ਗਿਰਵੀ ਰੱਖ ਕੇ ਟੈਕਸ ਦੇ ਲਈ ਪੈਸੇ ਲੈਣੇ ਪੈਂਦੇ ਸੀ ਸਾਹੂਕਾਰਾਂ ਤੋਂ, ਕਿਉਂਕਿ ਟੈਕਸ ਤਾਂ ਪੇ ਕਰਨਾ ਹੀ ਕਰਨਾ, ਹੁਣ ਲੈਂਡ ਗਿਰਵੀ ਰੱਖ ਦਿਉ। ਅਤੇ ਉਹ ਇਸੇ ਚੱਕਰ ਦੇ ਵਿੱਚ ਫਸੇ ਹੋਏ ਸੀ, ਆਪ ਵਿਚਾਰੇ ਹੋਰ ਗਰੀਬ ਹੋਰ ਗਰੀਬ ਹੋਰ ਗਰੀਬ ਹੁੰਦੇ ਜਾ ਰਹੇ ਸੀ, ਪਰ ਟੈਕਸ ਤਾਂ ਦੇਣਾ ਪੈ ਹੀ ਰਿਹਾ ਸੀ ਉਹਨਾਂ ਨੂੰ। ਅੱਗੇ ਕਮਰਸ਼ਲਾਈਜੇਸ਼ਨ ਆਫ ਐਗਰੀਕਲਚਰ ਯਾਨੀ ਖੇਤੀਬਾੜੀ ਤੋਂ ਪੈਸੇ ਕਮਾਉਣ ਦਾ ਜ਼ਰੀਆ ਬਣਾਉਣਾ ਹੋਇਆ ਕੀ ਸੀ?
ਬ੍ਰਿਟਿਸ਼ਰਸ ਦੇ ਆਉਣ ਤੋਂ ਪਹਿਲਾਂ ਇੰਡੀਆ ਦੇ ਵਿੱਚ ਜਿਹੜਾ ਮੇਨ ਆਕੂਪੇਸ਼ਨ ਸੀ ਉਹ ਐਗਰੀਕਲਚਰ ਸੀ। ਜ਼ਿਆਦਾਤਰ ਲੋਕ ਖੇਤੀਬਾੜੀ ਦਾ ਕੰਮ ਹੀ ਕਰਦੇ ਸੀ, ਜਿਹਦੇ ਨਾਲ ਆਪਣੀਆਂ ਲੋੜਾਂ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਸੀ। ਹਰੇਕ ਪਿੰਡ ਦੇ ਵਿੱਚ ਇਹ ਹੋ ਰਿਹਾ ਸੀ ਕਿ ਅਲੱਗ ਅਲੱਗ ਕੰਮ ਕਰਨ ਵਾਲੇ ਲੋਕ ਸੀ, ਕੁਝ ਖੇਤੀਬਾੜੀ ਕਰਨ ਵਾਲੇ ਸੀ, ਕੁਝ ਘੜਾ ਬਣਾਉਣ ਵਾਲੇ, ਕੁਝ ਸਿਲਾਈ ਕਢਾਈ, ਕੋਈ ਜੁੱਤੇ ਬਣਾਉਣ ਵਾਲੇ, ਕੋਈ ਬਲੈਕ ਸਮਿਥ ਸੀ, ਕੋਈ ਹੇਅਰ ਡਰੈਸਰ ਸੀ, ਮਤਲਬ ਕੋਈ ਵਾਸ਼ਰਮੈਨ, ਕੋਈ ਕੱਪੜੇ ਧੋਣ ਵਾਲਾ। ਤੇ ਆਪਾਂ ਇਹ ਕਹਿ ਸਕਦੇ ਹਾਂ ਪਿੰਡ ਦੇ ਵਿੱਚ ਰਹਿ ਕੇ ਹੀ ਉਹ ਇੱਕ ਦੂਜੇ ਦੀ ਮਦਦ ਕਰ ਦਿੰਦੇ ਸੀ, ਯਾਨੀ ਉਹਨਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਸੀ। ਕਿਸਾਨ ਜਿਹੜੇ ਨੇ ਖਾਣਾ ਦੇ ਦਿੰਦੇ ਸੀ, ਉਹਨਾਂ ਨੂੰ ਰਾਸ਼ਨ ਪਾਣੀ ਦੇ ਦਿੰਦੇ ਸੀ, ਤੇ ਆਪਸ ਦੇ ਵਿੱਚ ਕਰ ਲੈਂਦੇ ਸੀ ਕੰਮ। ਪਰ ਜਦ ਬ੍ਰਿਟਿਸ਼ਰਸ ਇੱਥੇ ਆਏ ਇੰਡੀਆ ਦੇ ਵਿੱਚ ਤਾਂ ਇਹ ਵਿਲੇਜ ਜਿਹੜਾ ਹੈ ਇਹ ਸੈਲਫ ਸਫੀਸ਼ੀਐਂਟ ਨਹੀਂ ਰਿਹਾ, ਸਵੈ ਨਿਰਭਰ ਨਹੀਂ ਰਿਹਾ। ਇਹ ਸਾਰਾ ਦਾ ਸਾਰਾ ਸੰਤੁਲਨ ਵਿਗੜ ਗਿਆ ਕਿਉਂਕਿ ਉਹਨਾਂ ਨੇ ਲੈਂਡ ਰੈਵਨਿਊ ਪਾਲਿਸੀਜ਼ ਇੰਟਰੋਡਿਊਸ ਕੀਤੀ, ਜਿਹਦੇ ਕਰਕੇ ਫਾਰਮਰਸ ਨੂੰ ਇੱਕ ਫਿਕਸ ਟਾਈਮ ਤੇ ਲੈਂਡ ਰੈਵਨਿਊ ਪੇ ਕਰਨਾ ਹੀ ਸੀ, ਟੈਕਸ ਪੇ ਕਰਨਾ ਹੀ ਸੀ ਕਿਸਾਨਾਂ ਨੂੰ। ਹੁਣ ਉਹ ਜੇ ਟੈਕਸ ਪੇ ਕਰ ਰਹੇ ਸੀ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਟੈਕਸ ਪੇ ਕਰਨ ਦੇ ਲਈ ਉਹਨਾਂ ਨੂੰ ਫਸਲਾਂ ਮਾਰਕੀਟ ਜਾ ਕੇ ਵੇਚਣੀਆਂ ਪੈਂਦੀਆਂ ਸੀ ਤਾਂ ਕਿ ਉਹ ਪੈਸੇ ਕਮਾ ਸਕਣ। ਯਾਨੀ ਹੁਣ ਪਿੰਡ ਦੇ ਵਿੱਚ ਕੰਮ ਨਹੀਂ ਚੱਲਣਾ ਸੀ ਫਸਲਾਂ ਵੇਚ ਕੇ, ਪੈਸੇ ਕਮਾਉਣ ਦੇ ਲਈ ਉੱਚੇ ਰੇਟ ਤੇ ਮਾਰਕੀਟ ਜਾ ਕੇ ਫਸਲਾਂ ਵੇਚਣੀਆਂ ਪੈਣੀਆਂ ਸੀ। ਇਹ ਇਸ ਲਈ ਸੀ ਕਿ ਮੈਕਸਿਮਮ ਪੈਸੇ ਕਮਾ ਸਕਣ ਤੇ ਉਹਦੇ ਵਿੱਚੋਂ ਹਿੱਸਾ ਸਰਕਾਰ ਨੂੰ ਦੇ ਸਕਣ। ਜੇ ਨਹੀਂ ਦੇ ਸਕਦੇ ਸੀ ਤਾਂ ਮਨੀ ਲੈਂਡਰ ਸਾਹੂਕਾਰ ਤੋਂ ਪੈਸੇ ਲੈਂਦੇ ਸੀ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜ਼ਿਆਦਾ ਮੁਨਾਫਾ ਕਰਨ ਦੇ ਚੱਕਰ ਦੇ ਵਿੱਚ ਕਮਰਸ਼ਲਾਈਜੇਸ਼ਨ ਹੋਣੀ ਸ਼ੁਰੂ ਹੋ ਗਈ ਐਗਰੀਕਲਚਰ ਦੀ, ਮਤਲਬ ਇੱਕ ਇਹੋ ਜਿਹਾ ਪੇਸ਼ਾ ਬਣ ਗਿਆ ਜਿਹਦੇ ਵਿੱਚੋਂ ਮੈਕਸਿਮਮ ਪ੍ਰੋਫਿਟ ਕੱਢਿਆ ਜਾ ਸਕੇ। ਹੁਣ ਜਿਹੜੇ ਫਾਰਮਰ ਸੀ ਉਹ ਵਾਲੀਆਂ ਫਸਲਾਂ ਉਗਾਉਣ ਲੱਗ ਪਏ ਜਿਹਦੀ ਮਾਰਕੀਟ ਦੇ ਵਿੱਚ ਡਿਮਾਂਡ ਸੀ, ਜਿਵੇਂ ਵੀਟ, ਕਾਟਨ, ਆਇਲ ਸੀਡ, ਸ਼ੂਗਰ ਕੇਨ, ਜੂਟ। ਇਹ ਫਸਲਾਂ ਦੀ ਮਾਰਕੀਟ ਦੇ ਵਿੱਚ ਬਹੁਤ ਡਿਮਾਂਡ ਸੀ, ਇਹਨਾਂ ਨੇ ਕਿਹਾ ਇਹੀ ਉਗਾਓ, ਇਹੀ ਜਾ ਕੇ ਵੇਚੋ, ਇਹਦੇ ਨਾਲ ਹੀ ਪੈਸੇ ਆਣਗੇ ਤੇ ਇਹਦੇ ਨਾਲ ਹੀ ਆਪਾਂ ਮੁਨਾਫਾ ਕਮਾ ਸਕਦੇ ਹਾਂ। ਤੇ ਇਸ ਟਾਈਮ ਤੇ ਜਦ ਇਹ ਸਾਰਾ ਕੁਝ ਇੰਡੀਆ ਦੇ ਵਿੱਚ ਹੋ ਰਿਹਾ ਸੀ, ਇੰਗਲੈਂਡ ਦੇ ਵਿੱਚ ਇੰਡਸਟਰੀਜ਼ ਬਣ ਰਹੀਆਂ ਸੀ, ਉਦਯੋਗ ਆ ਗਏ ਸੀ, ਤੇ ਉਹਨਾਂ ਨੂੰ ਰੋ ਮਟੀਰੀਅਲ ਚਾਹੀਦਾ ਸੀ। ਜਿਵੇਂ ਇੰਡਸਟਰੀਜ਼ ਜਿਹੜੇ ਨੇ ਇੰਗਲੈਂਡ ਦੇ ਵਿੱਚ ਕੱਪੜਾ ਬਣਾ ਰਹੇ ਨੇ, ਤੇ ਉਹਨਾਂ ਨੂੰ ਕਾਟਨ ਤਾਂ ਚਾਹੀਦੀ ਹੈ, ਇੰਡੀਆ ਤੋਂ ਹੀ ਚਾਹੀਦੀ ਹੋਏਗੀ ਰੋ ਮਟੀਰੀਅਲ, ਤਾਂ ਇਹ ਉਗਾ ਰਹੇ ਸੀ ਕਾਟਨ, ਤੇ ਇਹਦੀ ਡਿਮਾਂਡ ਵੀ ਸੀ ਮਾਰਕੀਟ ਦੇ ਵਿੱਚ, ਉਹ ਵੇਚੀ ਵੀ ਜਾਂਦੀ ਸੀ। ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਇੰਡਸਟਰੀਲਾਈਜੇਸ਼ਨ ਕਰਕੇ ਜੋ ਵੀ ਰੋ ਮਟੀਰੀਅਲ ਦੀ ਲੋੜ ਸੀ ਉਹ ਇੰਡੀਆ ਤੋਂ ਹੀ ਜਾਂਦੀ ਸੀ ਬ੍ਰਿਟੇਨ ਦੇ ਵਿੱਚ ਚੀਜ਼ਾਂ। ਤੇ ਬ੍ਰਿਟਿਸ਼ਰਸ ਨੇ ਕਮਰਸ਼ਲਾਈਜ਼ ਕਰਨਾ ਸ਼ੁਰੂ ਕਰਤਾ ਸੀ ਐਗਰੀਕਲਚਰ ਨੂੰ, ਜੋ ਸਟਾਰਟ ਕਿੱਥੋਂ ਹੋਇਆ ਸੀ, ਪੰਜਾਬ, ਬੰਗਾਲ, ਗੁਜਰਾਤ, ਬਿਹਾਰ, ਉਹੀ ਇੰਡੀਆ ਦਾ ਏਰੀਆ ਜਿੱਥੋਂ ਅੱਜ ਵੀ ਆਪਾਂ ਕਹਿ ਸਕਦੇ ਹਾਂ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਹੁੰਦੀ ਹੈ, ਠੀਕ ਹੈ, ਐਗਰੀਕਲਚਰਲ ਏਰੀਆ ਜਿੱਥੇ ਸਭ ਤੋਂ ਜ਼ਿਆਦਾ। ਹੁਣ ਇਫੈਕਟਸ, ਇਹਦੇ ਅਸਰ ਕੀ ਹੋਏ ਸੀ ਕਮਰਸ਼ਲਾਈਜੇਸ਼ਨ ਦੇ, ਐਗਰੀਕਲਚਰ ਦੇ? ਅਸਰ ਇਹਦਾ ਦੋਨੋਂ ਹੋਏ ਸੀ, ਫਾਇਦੇ ਵੀ ਸੀ ਤੇ ਨੁਕਸਾਨ ਵੀ ਸੀ। ਫਾਇਦੇ ਕੀ ਹੋਏ? ਦੇਖੋ, ਜਦ ਐਗਰੀਕਲਚਰ ਦਾ ਕਮਰਸ਼ਲਾਈਜੇਸ਼ਨ ਹੋਇਆ, ਇਹਦੇ ਨਾਲ ਅਲੱਗ ਅਲੱਗ ਕ੍ਰੋਪਸ ਉਗਾਉਣੀਆਂ ਉਹਨਾਂ ਨੇ ਸ਼ੁਰੂ ਕਰਤੀਆਂ ਤੇ ਪ੍ਰੋਡਕਸ਼ਨ ਵੀ ਇਨਕਰੀਜ਼ ਹੋਣੀ ਸ਼ੁਰੂ ਹੋ ਗਈ। ਪਹਿਲਾਂ ਤਾਂ ਥੋੜ੍ਹੀ ਬਹੁਤ ਪ੍ਰੋਡਕਸ਼ਨ ਹੁੰਦੀ ਸੀ, ਜੋ ਵੀ ਉਹ ਚਾਹੁੰਦੇ ਸੀ ਉਹਨਾਂ ਉਗਾ ਕੇ ਕੰਮ ਸਰ ਜਾਂਦਾ ਸੀ। ਹੁਣ ਉਹਨਾਂ ਨੇ ਕਿਹਾ ਮੈਕਸੀਮਮ ਫਾਇਦਾ ਤਾਂ ਹੀ ਹੋਏਗਾ ਜੇ ਆਪਾਂ ਫਸਲਾਂ ਮੈਕਸੀਮਮ ਉਗਾਵਾਂਗੇ। ਤੇ ਜਦ ਫਸਲਾਂ ਵੇਚਣ ਜਾਣਾ ਤੁਸੀਂ, ਹੁਣ ਵਿਲੇਜ ਦੇ ਵਿੱਚ ਤਾਂ ਫਸਲਾਂ ਵੇਚੋਗੇ ਨਹੀਂ ਤੁਸੀਂ, ਵੇਚਣ ਜਾਣ ਦੇ ਲਈ ਟਰਾਂਸਪੋਰਟੇਸ਼ਨ ਦੀ ਡਿਵੈਲਪਮੈਂਟ ਹੋ ਗਈ। ਹੁਣ ਬੁਲਕ ਕਾਰਟ, ਗੱਡੇ, ਇਹ ਸਭ ਨਹੀਂ ਨਾ ਚਾਹੀਦੇ ਸੀ, ਹੁਣ ਵੱਡੇ ਵੱਡੇ ਟਰੱਕ ਵਗੈਰਾ ਚਾਹੀਦੇ ਸੀ, ਜਿਹਦੇ ਕਰਕੇ ਪਹਿਲੀ ਗੱਲ ਆਪਾਂ ਇਹ ਕਹਾਂਗੇ ਟਰਾਂਸਪੋਰਟੇਸ਼ਨ ਇੰਪਰੂਵ ਹੋਈ, ਨਵੀਆਂ ਕ੍ਰੋਪਸ ਉਗਾਉਣੀਆਂ ਸ਼ੁਰੂ ਹੋਈਆਂ, ਤੇ ਤੀਜੀ ਇਹ ਕਿ ਫਾਰਮਰ ਜਦ ਮਾਰਕੀਟ ਪਹੁੰਚੇ, ਸਿਟੀ ਦੀ ਮਾਰਕੀਟ ਪਹੁੰਚੇ, ਤੇ ਉੱਥੇ ਉਹਨਾਂ ਨੇ ਨਵੀਆਂ ਨਵੀਆਂ ਚੀਜ਼ਾਂ ਖਰੀਦਣੀਆਂ ਆਪ ਵੀ ਸ਼ੁਰੂ ਕਰਤੀਆਂ, ਕੱਪੜੇ ਖਰੀਦਣੇ,
ਜੋ ਵੀ ਮਾਰਕੀਟ ਸ਼ਹਿਰਾਂ ਦੇ ਮਾਰਕੀਟ ਦੇ ਵਿੱਚ ਮਿਲਦਾ ਸੀ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਵੀ ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਸਿਟੀਜ਼ ਦੇ ਟੱਚ ਵਿੱਚ ਆ ਗਏ, ਸ਼ਹਿਰਾਂ ਦੇ ਨਾਲ ਉਹਨਾਂ ਦਾ ਮੇਲਜੋਲ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਉੱਥੇ ਜਾਂਦੇ ਸੀ ਸ਼ਹਿਰਾਂ ਦੇ ਵਿੱਚ ਸਮਾਨ ਵੇਚਣ, ਉਹਨਾਂ ਨੂੰ ਲੱਗਦਾ ਸੀ ਉੱਥੇ ਮਾਰਕੀਟ ਵਧੀਆ ਹੈ, ਵਧੀਆ ਪੈਸੇ ਮਿਲਣਗੇ ਤੇ ਇੱਕ ਤਰੀਕੇ ਨਾਲ ਇੰਟੀਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ। ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਸਿਟੀ ਲਾਈਫ ਹੈ ਤੇ ਰੂਰਲ ਏਰੀਆ ਹੈ ਆਪਸ ਦੇ ਵਿੱਚ ਮਿਲਣੇ ਸ਼ੁਰੂ ਹੋ ਗਏ। ਹੁਣ ਉਹ ਜਿਹੜੀ ਸਟ੍ਰਿਕਟ ਲਾਈਨ ਸੀ ਕਿ ਪਿੰਡ ਦਾ ਹੀ ਰਹੇਗਾ, ਸ਼ਹਿਰ ਦਾ ਹੋਏਗਾ, ਉਹ ਨਹੀਂ, ਆਪਸ ਦੇ ਵਿੱਚ ਇਹਨਾਂ ਦਾ ਆਪਾਂ ਇਹ ਕਹਿ ਸਕਦੇ ਹਾਂ ਇੱਕ ਮੇਲਜੋਲ ਹੋਣਾ ਸ਼ੁਰੂ ਹੋ ਗਿਆ ਜੋ ਅੱਗੇ ਜਾ ਕੇ ਬਹੁਤ ਕੰਮ ਆਇਆ ਜਦ ਇੰਡੀਆ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਕਿਉਂਕਿ ਇੱਕ ਦੂਜੇ ਦੇ ਸੰਪਰਕ ਕੰਟੈਕਟ ਦੇ ਵਿੱਚ ਆ ਗਏ ਸੀ। ਪਰ ਇਹਦਾ ਨੁਕਸਾਨ ਇਹ ਹੋਇਆ ਕਿ ਫਾਰਮਰਸ ਨੂੰ ਕਮਰਸ਼ਲਾਈਜ਼ ਕਰਨਾ ਪਿਆ ਐਗਰੀਕਲਚਰ ਨੂੰ, ਜਿਹਦੇ ਕਰਕੇ ਹੁਣ ਤੁਸੀਂ ਇਹ ਸੋਚੋ ਉਹਨਾਂ ਦੀ ਇਹ ਅਲੱਗ ਅਲੱਗ ਜਿਹੜੇ ਸਿਸਟਮ ਸੀਗੇ ਇਹਨਾਂ ਕਰਕੇ ਕਿੰਨਾ ਨੁਕਸਾਨ ਹੋ ਰਿਹਾ ਸੀ, ਰਿਉਤਵਾਰੀ ਆਪਣਾ ਜ਼ਮੀਨਦਾਰੀ ਸਿਸਟਮ ਹੋ ਗਿਆ, ਮਹਲਵਾੜੀ ਸਿਸਟਮ, ਉਹ ਐਕਸਪਲੋਇਟ ਹੋ ਰਹੇ ਸੀ। ਦੂਜੀ ਗੱਲ, ਇੱਥੇ ਇੰਡੀਆ ਦੇ ਜਿਹੜੇ ਕਿਸਾਨ ਹੈਗੇ ਨੇ ਉਹ ਅਜੇ ਵੀ ਟ੍ਰੈਡੀਸ਼ਨਲ ਖੁਰਪਾ ਯੂਜ਼ ਕਰ ਰਹੇ ਸੀ, ਗਾਵਾਂ ਯੂਜ਼ ਕਰ ਰਹੇ ਸੀ ਖੇਤੀਬਾੜੀ ਕਰਨ ਦੇ ਲਈ, ਲੇਕਿਨ ਇਹ ਕੰਪੀਟ ਜਿਹੜੀ ਮਾਰਕੀਟ ਨਾਲ ਕਰ ਰਹੀ ਸੀ ਅਮਰੀਕਾ ਦੀ ਮਾਰਕੀਟ ਦੇ ਨਾਲ, ਉੱਥੇ ਤਾਂ ਮਸ਼ੀਨਾਂ ਨਾਲ ਖੇਤੀਬਾੜੀ ਹੋ ਰਹੀ ਸੀ, ਆਸਟ੍ਰੇਲੀਆ ਦੇ ਵਿੱਚ ਖੇਤੀਬਾੜੀ ਹੋ ਰਹੀ ਸੀ, ਯੂਰੋਪੀਅਨ ਦੇ ਕੰਟਰੀਜ਼ ਦੇ ਵਿੱਚ ਖੇਤੀਬਾੜੀ ਹੋ ਰਹੀ ਸੀ, ਪਰ ਉੱਥੇ ਮਸ਼ੀਨਾਂ ਚੱਲ ਰਹੀਆਂ ਸੀ, ਮਸ਼ੀਨਸ ਚੱਲ ਰਹੀ ਸੀ। ਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਇੰਡੀਆ ਦੇ ਫਾਰਮਰਸ ਹੱਥੀ ਕਿਰਤ ਕਰ ਰਹੇ ਸੀ, ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਨੇ ਉਹ ਯੂਜ਼ ਕਰ ਰਹੇ ਸੀ, ਤੇ ਉਹਨਾਂ ਦਾ ਕੰਪੀਟੀਸ਼ਨ ਕਿਹਦੇ ਨਾਲ ਹੋ ਰਿਹਾ ਸੀ, ਉਹ ਦੇਸ਼ਾਂ ਦੇ ਨਾਲ ਜਿੱਥੇ ਮਸ਼ੀਨਾਂ ਆ ਗਈਆਂ ਸੀ ਖੇਤੀਬਾੜੀ ਕਰਨ ਦੇ ਲਈ। ਤੇ ਆਪਾਂ ਇਹ ਕਹਿ ਸਕਦੇ ਹਾਂ ਇਹਨਾਂ ਦਾ ਜ਼ਿਆਦਾ ਫਾਇਦਾ ਹੋ ਹੀ ਨਹੀਂ ਪਾ ਰਿਹਾ ਸੀ, ਉਹ ਤਾਂ ਮਸ਼ੀਨਾਂ ਰਾਹੀਂ ਕੰਮ ਕਰਕੇ ਜ਼ਿਆਦਾ ਫਾਇਦਾ ਕਮਾ ਰਹੇ ਸੀ, ਇਹ ਵਿਚਾਰੇ ਹੱਥੀ ਕਿਰਤ ਕਰਕੇ ਉਹਨਾਂ ਨੂੰ ਇੰਨੀ ਲੇਬਰ ਵੀ ਨਹੀਂ ਮਿਲ ਰਹੀ ਸੀ। ਇਹਨਾਂ ਨੂੰ ਆਪਣੀ ਕ੍ਰੋਪਸ ਜਿਹੜੀਆਂ ਹੈਗੀਆਂ ਨੇ, ਕਿਉਂਕਿ ਇੰਨਾ ਲੈਂਡ ਗਿਰਵੀ ਰੱਖਿਆ ਹੋਇਆ ਸੀ ਮਨੀ ਲੈਂਡਰਸ ਦੇ ਅੱਗੇ, ਸਾਹੂਕਾਰਾਂ ਦੇ ਅੱਗੇ, ਵੀ ਜਿੰਨਾ ਸਾਹੂਕਾਰ ਕਹਿੰਦੇ ਸੀ ਵੀ ਇੰਨਾ ਹੀ ਪੈਸਾ ਮਿਲੇਗਾ ਐਤਕੀ, ਉਹ ਵਿਚਾਰੇ ਉਨੇ 'ਚ ਹੀ ਮੰਨ ਜਾਂਦੇ ਸੀ ਕਿਉਂਕਿ ਆਲਮੋਸਟ 90% ਜਿਹੜਾ ਲੈਂਡ ਸੀ ਉਹ ਸਾਹੂਕਾਰਾਂ ਦੇ ਕੰਟਰੋਲ ਦੇ ਵਿੱਚ ਸੀ। ਕਿਸਾਨ ਜਿਹੜੇ ਨੇ ਉਹ ਆਪਣੀ ਰਕਮ ਆਪਣੀ ਮੁੱਲ ਪਾਈ ਨਹੀਂ ਪਾ ਰਹੇ ਸੀ ਮਿਹਨਤ ਦੀ, ਜੋ ਵੀ ਰਕਮ ਉਹਨਾਂ ਨੂੰ ਮਿਲਣੀ ਚਾਹੀਦੀ ਸੀ ਉਹ ਮਿਲ ਨਹੀਂ ਰਹੀ ਸੀ ਕਿਉਂਕਿ ਸਾਹੂਕਾਰ ਬਹੁਤ ਫਾਇਦਾ ਚੱਕ ਰਹੇ ਸੀ। ਹੁਣ ਇਹ ਸਾਰੀਆਂ ਚੀਜ਼ਾਂ ਕਰਕੇ ਰਿਵੋਲਟ ਹੋਣੇ ਸ਼ੁਰੂ ਹੋ ਗਏ, ਫਾਰਮਰਸ ਨੇ ਰਿਵੋਲਟ ਕਰਨੇ ਸ਼ੁਰੂ ਕਰਤੇ, ਬਗਾਵਤ ਕਰਨੀ ਸ਼ੁਰੂ ਕਰ ਦਿੱਤੀ, ਕਹਿੰਦੇ ਨਾ ਇਹ ਸਭ ਨਹੀਂ ਚੱਲਣਾ, ਅਸੀਂ ਨਹੀਂ ਬਰਦਾਸ਼ਤ ਕਰਨਾ। ਦ ਬ੍ਰਿਟਿਸ਼ਰਸ ਜਿਹੜੇ ਉਹਨਾਂ ਨੇ ਅਲੱਗ ਅਲੱਗ ਲੈਂਡ ਡਿਵੈਲਪਮੈਂਟ ਪੋਲਿਸੀਜ਼ ਇੰਟਰੋਡਿਊਸ ਕੀਤੀ ਸੀ, ਇਹਦੇ ਕਰਕੇ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੇ ਕਰਨਾ ਪੈ ਰਿਹਾ ਸੀ, ਠੀਕ ਹੈ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪੇ ਕਰਨਾ ਪੈ ਰਿਹਾ ਸੀ। ਅਤੇ ਨਾਲ ਦੀ ਨਾਲ ਆਪਾਂ ਇਹ ਕਹਿ ਰਹੇ ਹਾਂ ਵੀ ਇੱਕ ਸਾਈਡ ਬ੍ਰਿਟਿਸ਼ਰ ਸੀ, ਇੱਕ ਸਾਈਡ ਮਨੀ ਲੈਂਡਰ ਸੀ, ਸ਼ਾਹੂਕਾਰ ਜਿਨ੍ਹਾਂ ਨੂੰ ਉਹ ਪੈਸੇ ਦੇ ਰਹੇ ਸੀ, ਉਹ ਤਾਂ ਦੋਨੋਂ ਹੱਥੋਂ ਗਵਾ ਹੀ ਰਹੇ ਸੀ ਨਾ ਇੱਕ ਤਰੀਕੇ ਦੇ ਨਾਲ। ਅਤੇ ਪਰਮਾਨੈਂਟ ਸੈਟਲਮੈਂਟ ਦੇ ਵਿੱਚ ਜਿਵੇਂ ਆਪਾਂ ਪੜ੍ਹਿਆ ਬ੍ਰਿਟਿਸ਼ਰਸ ਇੰਟਰੋਡਿਊਸ ਦ ਨਿਊ ਸੇਲ, ਪਰਮਾਨੈਂਟ ਸੈਟਲਮੈਂਟ ਕਿਹੜੀ ਵਾਲੀ ਸੀ, ਦੇਖੋ ਜ਼ਮੀਨਦਾਰੀ ਨਾ ਇਹ ਵਾਲੀ ਨਿਊ ਸੇਲ ਦਾ ਮਤਲਬ ਜੇ ਇੱਕ ਜ਼ਮੀਨਦਾਰ ਕੰਮ ਨਹੀਂ ਕਰ ਰਿਹਾ ਜਿਹਦੇ ਕੰਟਰੋਲ ਦੇ ਵਿੱਚ ਉਹ ਲੈਂਡ ਹੈਗਾ ਤਾਂ ਉਹ ਦੂਜੇ ਜ਼ਮੀਨਦਾਰ ਨੂੰ ਚਲਾ ਜਾਏਗਾ। ਜੇ 31 ਮਾਰਚ ਤੱਕ ਜਿਹੜੇ ਜ਼ਮੀਨਦਾਰ ਕੋਲ ਉਸ ਲੈਂਡ ਦਾ ਚਾਰਜ ਹੈਗਾ ਉਹ ਉਸ ਜ਼ਮੀਨਦਾਰ ਨੇ ਪੈਸੇ ਡਿਪੋਜ਼ਿਟ ਨਹੀਂ ਕੀਤੇ ਸਰਕਾਰ ਕੋਲ ਤਾਂ ਇਹ ਲੈਂਡ ਸੇਲ ਲਾਅ ਦੇ ਅੰਦਰ ਦੂਜੇ ਜ਼ਮੀਨਦਾਰ ਕੋਲ ਚਲਾ ਜਾਏਗਾ। ਤੇ ਬ੍ਰਿਟਿਸ਼ਰਸ ਕਈ ਵਾਰ ਤਾਂ ਆਪ ਜਾ ਕੇ ਲੈਂਡ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਕਰ ਲੈਂਦੇ ਸੀ, ਅਲੱਗ ਅਲੱਗ ਟੈਕਸਿਸ ਲਾ ਦਿੰਦੇ ਸੀ, ਖਾਸ ਤੌਰ 'ਤੇ ਉਹ ਵਾਲੇ ਜ਼ਮੀਨ 'ਤੇ ਜਿਹੜਾ ਜ਼ਮੀਨਦਾਰਾਂ ਨੂੰ ਉੱਦਾਂ ਹੀ ਮਤਲਬ ਕਿਸੇ ਰਾਜੇ ਨੇ ਲੈਂਡ ਫਰੀ ਦੇ ਵਿੱਚ ਦਿੱਤਾ ਹੋਇਆ, ਗ੍ਰਾਂਟ ਦੇ ਵਿੱਚ ਦਿੱਤਾ ਹੋਇਆ ਸੀ, ਉਹ ਟੈਕਸ ਟੁਕਸ ਲਾ ਦਿੰਦੇ ਸੀ ਆਪਣੀ ਮਰਜ਼ੀ ਦੇ ਨਾਲ।
ਤੇ ਆਏ ਸਾਲ ਲੈਂਡ ਤੇ ਜਿਹੜਾ ਟੈਕਸ ਲੱਗ ਰਿਹਾ ਸੀ ਉਹ ਵੀ ਵਧਾਉਂਦੇ ਜਾ ਰਹੇ ਸੀ ਪਿਛਲੇ ਸਾਲ ਤੋਂ, ਤੇ ਸਟ੍ਰਿਕਟ ਵੀ ਸੀ। ਇਹ ਨਹੀਂ ਵੀ ਛੂਟ ਦੇ ਦਿੱਤੀ ਵੀ ਹਾਂ ਵੀ ਫਸਲ ਨਹੀਂ ਹੋਈ, ਵਧੀਆ ਨਹੀਂ ਹੋਈ, ਕੋਈ ਗੱਲ ਨਹੀਂ ਐਤਕੀ ਤੁਹਾਨੂੰ ਛੱਡ ਦਾਂਗੇ, ਮੈਂ ਸਾਨੂੰ ਪਤਾ ਹੈ ਕੈਲਮਿਟੀ ਸੀ ਨਾ। ਲੈਂਡ ਤੇ ਟੈਕਸ ਵੀ ਇਨਕਰੀਜ਼ ਹੋ ਰਿਹਾ ਸੀ, ਨਾਲ ਦੀ ਨਾਲ ਸਟ੍ਰਿਕਟ ਵੀ ਸੀ ਤੇ ਨਾਲ ਦੀ ਨਾਲ ਕਿਸਾਨਾਂ ਦੀ ਕੰਡੀਸ਼ਨ ਵੀ ਵਿਗੜਦੀ ਜਾ ਰਹੀ ਸੀ, ਜਿਹਦੇ ਕਰਕੇ ਕਿਸਾਨ ਕਹਿੰਦੇ ਹੁਣ ਹੋ ਗਈ ਹੈ ਤੌਬ, ਹੁਣ ਅਸੀਂ ਰਿਵੋਲਟ ਕਰਾਂਗੇ ਹੀ ਕਰਾਂਗੇ, ਅਸੀਂ ਨਹੀਂ ਚੁੱਪ ਰਹਾਂਗੇ। ਤੇ ਆਪਾਂ ਇਹ ਕਹਿ ਸਕਦੇ ਹਾਂ ਬਹੁਤ ਇੰਪੋਰਟੈਂਟ ਹੈਗੇ 1849 AD ਦੇ ਵਿੱਚ ਪੰਜਾਬ ਦੇ ਵਿੱਚ ਅਲੱਗ ਅਲੱਗ ਪਾਰਟਸ ਦੇ ਵਿੱਚ, ਜਿਵੇਂ ਪਟਿਆਲਾ, ਰਾਵਲਪਿੰਡੀ ਜੋ ਹੁਣ ਪਾਕਿਸਤਾਨ ਦੇ ਵਿੱਚ ਹੈਗਾ, ਇੱਥੇ ਕਿਸਾਨਾਂ ਨੇ ਰਿਵੋਲਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈਗਾ, ਇੰਡੀਗੋ ਦੀ ਰਿਵੋਲਟ ਹੋਈ ਸੀ। ਇੰਡੀਗੋ ਕੀ ਹੁੰਦਾ ਹੈ? ਨੀਲ, ਜਿਵੇਂ ਤੁਸੀਂ ਦੇਖਿਆ ਹੋਣਾ ਬਲੂ ਜੇ ਕਲਰ ਦਾ ਇੱਕ ਪਾਊਡਰ ਜਿਹਾ ਹੁੰਦਾ ਹੈ ਜਿਹੜਾ ਕੱਪੜਿਆਂ 'ਤੇ ਵੀ ਨੀਲ ਛੱਡਦਾ ਹੈ, ਅਤੇ ਕਿਸਾਨ ਜਿਹੜੇ ਸੀ ਉਹ ਇੰਡੀਗੋ ਉਹਨਾਂ ਨੂੰ ਕਿਹਾ ਗਿਆ ਸੀ ਉਗਾਓ, ਬ੍ਰਿਟਿਸ਼ਰਸ ਨੇ ਕਿਹਾ ਸੀ, ਕਿਉਂਕਿ ਉਹਨਾਂ ਨੂੰ ਇੰਡਸਟਰੀਜ਼ ਲਈ ਇੰਡੀਗੋ ਚਾਹੀਦੀ ਸੀ, ਡਾਈ ਦੇ ਪੱਖੋਂ ਯੂਜ਼ ਕਰਦੇ ਸੀ। ਮੈਂ ਇੱਥੇ ਤੁਹਾਨੂੰ ਸਮਝਾ ਦਿੰਦੀ ਹਾਂ ਇੰਡੀਗੋਸ ਦਾ ਕੀ ਹਿਸਾਬ ਕਿਤਾਬ ਸੀ। ਇੰਡੀਗੋ ਦੀ ਰਿਵੋਲਟ ਹੋਈ ਸੀ, ਬਗਾਵਤ ਹੋਈ ਸੀ, ਇਹਨੂੰ ਆਪਾਂ ਪੰਜਾਬੀ ਦੇ ਵਿੱਚ ਜਾਂ ਹਿੰਦੀ ਦੇ ਵਿੱਚ ਕਹਿੰਦੇ ਹਾਂ ਨੀਲ ਵਿਦਰੋਹ, ਨੀਲ, ਕਿਉਂਕਿ ਇਹਦਾ ਰੰਗ ਹੀ ਬਲੂ ਸੀ। ਇਹ ਹੋਈ ਸੀ 1858 AD ਤੋਂ ਲੈ ਕੇ 1860 ਦੇ ਵਿੱਚ। ਬ੍ਰਿਟਿਸ਼ਰਸ ਚਾਹੁੰਦੇ ਸੀ ਵੀ ਕਿਸਾਨ ਜਿਹੜੇ ਨੇ, ਫਾਰਮਰ ਜਿਹੜੇ ਨੇ, ਉਹ ਇੰਡੀਗੋ ਦੀ ਫਸਲ ਉਗਾਉਣ, ਪਰ ਕਿਸਾਨ ਇੱਦਾਂ ਦਾ ਨਹੀਂ ਚਾਹੁੰਦੇ ਸੀ। ਕਿਉਂ ਨਹੀਂ ਚਾਹੁੰਦੇ ਸੀ ਕਿਸਾਨ? ਦੋ ਕਾਰਨ ਸੀ ਕਿਤਾਬ ਵਿੱਚ ਨਹੀਂ ਦਿੱਤੇ ਹੋਏ, ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਇੱਕ ਤਾਂ ਇੰਡੀਗੋ ਦੀ ਫਸਲ ਨੂੰ ਜ਼ਿਆਦਾ ਪਾਣੀ ਚਾਹੀਦਾ, ਮੋਰ ਵਾਟਰ ਚਾਹੀਦਾ। ਦੂਜੀ ਗੱਲ ਇਹ ਹੈ ਵੀ ਸੋਇਲ 'ਤੇ ਇਹਦਾ ਬਹੁਤ ਅਸਰ ਪੈਂਦਾ, ਕਹਿਣ ਦਾ ਮਤਲਬ ਜੇ ਇੰਡੀਗੋ ਉਗਾਓਗੇ ਤਾਂ ਸੋਇਲ ਖਰਾਬ ਹੋ ਜਾਂਦੀ ਹੈ, ਜ਼ਮੀਨ ਖਰਾਬ ਹੋ ਜਾਂਦੀ ਹੈ। ਅਤੇ ਕਿਸਾਨ ਜਿਹੜੇ ਸੀ ਉਹ ਕਹਿੰਦੇ ਵੀ ਜੇ ਆਪਾਂ ਇੰਨਾ ਹੀ ਪਾਣੀ ਲਾਉਣਾ ਤਾਂ ਆਪਾਂ ਰਾਈਸ ਨਾ ਉਗਾ ਲਈਏ, ਝੋਨਾ ਨਾ ਉਗਾ ਲਈਏ। ਉਹ ਇਹਦੇ ਹੱਕ ਦੇ ਵਿੱਚ ਸੀ, ਇਹ ਨਹੀਂ ਉਗਾਉਣਾ ਚਾਹੁੰਦੇ ਸੀ, ਪਰ ਬ੍ਰਿਟਿਸ਼ਰਸ ਨੂੰ ਇੰਡੀਗੋ ਚਾਹੀਦਾ ਸੀ, ਪਾਊਡਰ ਚਾਹੀਦਾ ਸੀ। ਤਾਂ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਬੰਦਾ ਖੜਾ ਕਰਤਾ ਇੱਕ ਵਿੱਚ, ਅਤੇ ਉਹਨੇ ਨਾ ਐਡਵਾਂਸ ਦੇ ਵਿੱਚ ਪੈਸੇ ਦੇਣੇ ਸ਼ੁਰੂ ਕਰਤੇ, ਐਡਵਾਂਸ ਦੇ ਵਿੱਚ ਮਨੀ ਦੇਣਾ ਸ਼ੁਰੂ ਕਰਤਾ ਵੀ ਤੁਸੀਂ ਕਿਸਾਨਾਂ ਨੂੰ ਵੀ ਆ ਲਓ ਇੰਨੇ 1000 ਰੁਪਏ ਲੈ ਲਓ, ਹੁਣ ਤੁਸੀਂ ਉਗਾਓ। ਹੁਣ ਜਦ ਕਿਸੇ ਚੀਜ਼ ਦੇ ਪਹਿਲਾਂ ਹੀ ਤੁਹਾਨੂੰ ਪੈਸੇ ਮਿਲ ਰਹੇ ਨੇ ਤਾਂ ਤੁਸੀਂ ਤਾਂ ਕੰਟਰੈਕਟ ਵੀ ਸਾਈਨ ਕਰੋਗੇ ਵੀ ਠੀਕ ਹੈ ਜੀ ਇੰਨੇ ਬੋਰੀ ਇੰਨੀ ਡੇਟ ਨੂੰ ਮਿਲ ਜਾਏਗਾ। ਉਹਦੇ ਕਰਕੇ ਜਦ ਕਿਸਾਨਾਂ ਨੂੰ ਐਕਸਪਲੋਇਟ ਕੀਤਾ ਗਿਆ ਇੱਦਾਂ ਵੀ ਹਾਂ ਇੰਡੀਗੋ ਹੋਰ ਉਗਾਓ ਹੋਰ ਉਗਾਓ, ਉਹਨਾਂ ਦੇ ਤਾਂ ਖੇਤ ਤਬਾਹ ਹੋ ਰਹੇ ਸੀ, ਕਿੱਥੋਂ ਉਗਣੀ ਸੀ ਇੰਡੀਗੋ। ਅਤੇ ਅੰਤ ਦੇ ਵਿੱਚ ਉਹਨਾਂ ਨੇ ਤੰਗ ਆ ਕੇ, ਅੱਤ ਜਦ ਉਹਨਾਂ ਦੀ ਹੋ ਗਈ, ਕਿਉਂਕਿ ਨਾ ਇੱਕ ਟਾਈਮ ਇੱਦਾਂ ਦਾ ਆਇਆ ਸੀ ਬੁੱਕ ਦੇ ਵਿੱਚ ਨਹੀਂ ਦਿੱਤਾ ਹੋਇਆ, ਜਦ ਪੈਸੇ ਜਿਹੜੇ ਸੀ ਉਹ ਵੀ ਦਿੱਤੇ ਅੱਧੇ, ਕੰਟਰੈਕਟ ਵੀ ਸਾਈਨ ਹੋ ਗਏ ਸੀ, ਪਰ ਉਹਨਾਂ ਨੇ ਇੰਡੀਗੋ ਦੀ ਥਾਂ 'ਤੇ ਨਾ ਉੱਥੇ ਇੱਕ ਨਵੀਂ ਡਾਈ ਆ ਗਈ ਸੀ ਬ੍ਰਿਟੇਨ ਦੇ ਵਿੱਚ, ਅਤੇ ਇੱਥੋਂ ਇੰਡੀਗੋ ਦੀ ਹੁਣ ਉਹਨਾਂ ਨੂੰ ਲੋੜ ਨਹੀਂ ਸੀ, ਤਾਂ ਉਹਨਾਂ ਨੇ ਇੱਦਾਂ ਹੀ ਛੱਡਤਾ। ਤਾਂ ਕਿਸਾਨਾਂ ਨੇ ਰਿਵੋਲਟ ਕਰਦਾ, ਕਹਿੰਦਾ ਇਹ ਕਿੱਦਾਂ ਦੀ ਗੱਲ ਹੈ ਵੀ ਤੁਸੀਂ ਕੰਟਰੈਕਟ ਸਾਈਨ ਕੀਤੇ ਹੋਏ ਆ, ਪੈਸੇ ਤੁਸੀਂ ਸਾਨੂੰ ਹੁਣ ਦੇ ਨਹੀਂ ਰਹੇ, ਇੰਡੀਗੋ ਫਸਲ ਵੀ ਉਗਵਾ ਲਈ। ਅਤੇ ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰਤਾ ਸੀ ਬ੍ਰਿਟਿਸ਼ਰਸ ਨੂੰ, ਬ੍ਰਿਟਿਸ਼ਰਸ ਨੂੰ, ਪਲਾਂਟਰਸ ਨੂੰ, ਉਹਨਾਂ ਦੀ ਫੈਕਟਰੀਜ਼ ਨੂੰ ਜਿੱਥੇ ਇੰਡੀਗੋ ਯੂਜ਼ ਹੋ ਰਹੀ ਹੈ। ਅਤੇ ਕਲਟੀਵੇਟਰ ਜਿਹੜੇ ਸੀਗੇ, ਮਤਲਬ ਜਿਹੜੇ ਫਾਰਮਰ ਸੀਗੇ, ਉਹ ਤਾਂ ਮਤਲਬ ਤਬਾਹ ਹੋ ਰਹੇ ਸੀ ਨਾ, ਕਿਉਂਕਿ ਪੈਸੇ ਨਹੀਂ ਮਿਲ ਰਹੇ ਸੀ, ਉਹਨਾਂ ਨੇ ਰਿਫਿਊਜ਼ ਕਰਤਾ ਵੀ ਸਾਨੂੰ ਲੋੜ ਨਹੀਂ ਹੈ। ਅਤੇ ਇਸੇ ਕਰਕੇ 1866-68 AD ਦੇ ਵਿੱਚ ਰਿਵੋਲਟ ਸ਼ੁਰੂ ਹੋਇਆ ਚੰਪਾਰਨ ਬਿਹਾਰ ਦੇ ਵਿੱਚ, ਹੈ ਤੁਸੀਂ ਪੜ੍ਹਿਆ ਹੋਏਗਾ ਸੁਣਿਆ ਹੋਏਗਾ ਪਹਿਲਾਂ ਵੀ। ਅਤੇ ਇੰਡੀਗੋ ਰਿਵੋਲਟ ਜਿਹੜਾ ਇਹ ਚੱਲਦਾ ਰਿਹਾ ਟਿਲ ਅਰਲੀ 20th century, ਕਹਿਣ ਦਾ ਮਤਲਬ 1900 ਦੇ ਲੈ ਕੇ 1920 ਤੱਕ ਦੇ ਨੇੜੇ ਨੇੜੇ ਚੱਲ ਰਿਹਾ ਸੀ।
ਤੇ ਗਾਂਧੀ ਜੀ ਜਿਨ੍ਹਾਂ ਦਾ ਪੂਰਾ ਨਾਮ ਹੈ ਮੋਹਨਦਾਸ ਕਰਮਚੰਦ ਗਾਂਧੀ ਜੀ ਨੇ ਵੀ ਸਪੋਰਟ ਦਿੱਤੀ ਸੀ ਇੰਡੀਗੋ ਕਲਟੀਵੇਟਰਸ, ਯਾਨੀ ਜੋ ਇੰਡੀਗੋ ਪਲਾਂਟਰਸ ਹੈਗੇ ਨੇ ਜੋ ਇੰਡੀਗੋ ਉਗਾ ਰਹੇ ਸੀ ਉਹਨਾਂ ਦੇ ਹਿੱਕ ਦੇ ਵਿੱਚ ਗੱਲ ਕੀਤੀ ਸੀ ਵੀ ਇਹਨਾਂ ਦਾ ਪੈਸਾ ਬਣਦਾ ਹੈਗਾ ਤੇ ਉਹ ਬਕਾਇਦਾ ਤੁਸੀਂ ਪੈਸਾ ਦੇਣਾ ਹੀ ਦੇਣਾ ਹੈ, ਇਦਾਂ ਨਹੀਂ ਕੰਮ ਕਰਨਾ। ਕਿਉਂਕਿ ਯਾਦ ਰੱਖਿਓ ਇੰਡੀਗੋ ਡਾਏ ਦੇ ਪੱਖੋਂ ਯੂਜ਼ ਕਰ ਰਹੇ ਸੀ ਟੈਕਸਟਾਈਲ ਇੰਡਸਟਰੀਜ਼ ਦੇ ਵਿੱਚ, ਟੈਕਸਟਾਈਲ ਯਾਨੀ ਕੱਪੜੇ ਦੀ ਜਿਹੜੀ ਆਪਣੀ ਇੰਡਸਟਰੀ ਹੈਗੀ ਹੈ ਉਹਦੇ ਵਿੱਚ ਯੂਜ਼ ਕਰ ਰਹੇ ਸੀ। ਇੱਕ ਟਾਈਮ ਆਇਆ ਬੰਦ ਕਰਤਾ, ਕਿਸਾਨ ਵੈਸੇ ਹੀ ਨਹੀਂ ਉਗਾਉਣਾ ਚਾਹੁੰਦੇ ਸੀ, ਐਡਵਾਂਸ ਦੇ ਦੇ ਕੇ ਕੰਟਰੈਕਟ ਸਾਈਨ ਕਰਾ ਕਰਾ ਕੇ ਇੱਕ ਤਰੀਕੇ ਨਾਲ ਐਕਸਪਲੋਇਟ ਕਰ ਰਹੇ ਸੀ। ਇਹ ਗੱਲਾਂ ਇੱਥੇ ਨਹੀਂ ਦਿੱਤੀਆਂ ਪਰ ਬੇਸਿਕ ਸਮਝਾਉਣ ਦੀ ਗੱਲ ਹੈਗੀ ਹੈ ਜੋ ਮੈਂ ਤੁਹਾਨੂੰ ਦੱਸਦਾ। ਤੇ ਇਹ ਸੀਗੀ ਅੱਜ ਦੀ ਕਲਾਸ, ਇੱਥੇ ਕੁਝ ਇੰਪੋਰਟੈਂਟ ਪੁਆਇੰਟਸ ਵੀ ਦਿੱਤੇ ਹੋਏ ਨੇ। ਜੇ ਤੁਹਾਨੂੰ ਚੈਪਟਰ ਸਮਝ ਆ ਗਿਆ, ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।